हाँ जी, की हाल है सारे कबूतर वाए भरावान का? होर की बांदा करता मेरे वीरों, कबूतर कबूतर सैट आ भी सारे वीर घर पर ठीक है। लो बाबे, थोड़ी डिमांड ते थोड़ी फरमायश ते ठीक है, ते थोड़े कहण ते खेत वाले कबूतर ते अज आपां स्पैशल वीडियो शूट कर लगे हैं ठीक है। इस जिहड़ी वीडियो होनी है ये सारी खेत वाले कबूतर की हिस्टरी ते होनी है ठीक है, क्यों बहुत डिमांड करी जांदे सी बई खेतों वाला ते ਤਾਂ ਕਰਕੇ ਥੋੜ੍ਹਾ ਜਿਹਾ ਕਾਇਮ ਜੇ ਹੋਏ ਸੀਗੇ ਅਸੀਂ, ਅਤੇ ਮੈਂ ਵੀ ਅੱਜ ਵੀਡੀਓ ਪਾਉਣੇ ਹੈਗੇ ਅੱਜ ਠੀਕ ਹੈ। ਅਤੇ ਬਸ ਸਟਾਰਟਿੰਗ ਕਰਤੀ ਹੈ ਅਤੇ ਦੱਸ ਦਿਆਂ ਤੁਹਾਨੂੰ ਸਾਰੀ ਹਿਸਟਰੀ ਆਪਾਂ ਕੋਈ ਗੱਲ ਨਹੀਂ ਉਹ ਜੋ ਚੁੱਕੀ ਹੈ ਅਤੇ ਉਹ ਕਰਾਂ ਰੋਕ ਦੇ ਖਾਣ ਤਾਂ ਦੱਸ ਦੇ ਯਾਰ ਕਰਾਂ ਰੋਕ। ਹਾਂਜੀ ਮੇਰੇ ਵੀਰੋ, ਅਤੇ ਖੇਤਾਂ ਵਾਲੇ ਕਬੂਤਰ ਤਾਂ ਬਈ ਵੀਡੀਓ ਅੱਜ ਵੀ ਨਹੀਂ ਬਣਨੀਗੀ, ਉਹ ਤਾਂ ਕੱਲ੍ਹ ਨੂੰ ਵੀਡੀਓ ਬਣਾਵਾਂਗੇ ਆਪਾਂ। ਕਾਰਨ ਕੀ ਹੈ, ਕਬੂਤਰਾਂ ਦੇ ਦਵਾਈ ਲਾ ਬੈਠੇ ਬਈ ਆਪਾਂ ਮਲੱਪਾਂ ਵਾਲੀ ਪੈਪਰਾਜੀਨ, ਤਾਂ ਕਰਕੇ ਅਤੇ ਕੁਛ ਇੱਧਰ ਬੱਚੇ ਬੁੱਚੇ ਬਾਹਰ ਕੱਢ ਲਏ ਯਾਰ, ਅਤੇ ਐਂ ਬੱਚੇ ਉੱਡੇ ਵੀ ਫਿਰਦੇ ਆ ਦੇਖੋ ਉਹ ਜਾਂਦਾ ਸਾਹਮਣੇ ਤਾਂ ਹੈ ਨਾ। ਅਤੇ ਵੀਡੀਓ ਹੋਣੀ ਉਹ ਲੰਬੀ, ਮਤਲਬ ਅੱਧਾ ਘੰਟਾ 40 ਮਿੰਟਾਂ ਦੀ, ਅਤੇ ਵਧੀਆ ਟਿਕਾ ਕੇ ਫਰੈਸ਼ ਮਾਇੰਡ ਨਾਲ ਵੀਡੀਓ ਚੱਲਣੀ ਹੈ। ਕੋਈ ਰੌਲੇ ਆਪਣੇ ਕੋਲ ਸਮਾਨ ਪਿਆ ਮੇਰੇ ਜੋਗਾ, ਅਤੇ ਉਹ ਕੱਲ੍ਹ ਨੂੰ ਆਪਾਂ ਬਣਾ ਲਾਂਗੇ ਵੀਡੀਓ ਫਿਰ ਕਾਇਮ ਹੋ ਕੇ, ਕੋਈ ਰੌਲੇ ਵਾਲੀ ਗੱਲ ਨਹੀਂ, ਅਤੇ ਕੱਲ੍ਹ ਨੂੰ ਬਾਬੇ ਉਹ ਜੋੜਦੇ ਹਾਂ ਵਿੱਚ ਵੀਡੀਓ ਫਿਰ। ਹਾਂਜੀ ਮੇਰੇ ਵੀਰੋ, ਅਤੇ ਅੱਜ ਵੀ ਖੇਤਾਂ ਵਾਲੇ ਵੱਡੇ ਕਬੂਤਰ 'ਤੇ ਵੀਡੀਓ ਸ਼ੂਟ ਹੋਊਗੀ, ਅਤੇ ਦੇਖੋ ਸਾਨੂੰ ਕਿੰਨਾ ਆਰ ਕਰਨਾ ਪੈ ਰਿਹਾ ਇਹ ਚੀਜ਼ ਵਾਸਤੇ। ਪਹਿਲਾਂ ਤਾਂ ਸਟੈਂਡ ਵੇਖੋ ਸਾਡਾ, ਵੀ ਅਸੀਂ ਇੱਧਰ ਕੁਰਸੀਆਂ ਲਾ ਰੱਖੀਆਂ, ਉਹ ਸਾਡਾ ਸਟੈਂਡ ਹੈ ਛੋਟਾ ਜਿਹਾ ਫੋਨ ਉਹ ਕਰਨ ਨੂੰ ਹੈ ਨਾ, ਅਤੇ ਲੈਵਲ ਕਰ ਦਾਂਗੇ ਇਹਦਾ। ਚਲੋ ਬਾਬੇ ਫਿਰ ਦੱਸ ਦਿਓ ਸ਼ੁਰੂ ਠੀਕ ਹੈ। ਅਸੀਂ ਮਤਲਬ ਦੱਸ ਦੇ ਕਿ ਆਪਾਂ ਕਰਦੇ ਇੰਟਰਵਿਊ ਟਾਈਪ ਵੀਡੀਓ ਹੋਊਗੀ, ਇਹਦੇ ਬੈਠ ਕੇ ਗੱਲਾਂ ਹੀ ਸੁਣਾਉਣੀਆਂ ਤੁਹਾਨੂੰ ਅਸੀਂ ਠੀਕ ਹੈ। ਸਵਾਦ ਜਾਂ ਦੇਣ ਦੀ ਕੋਸ਼ਿਸ਼ ਕਰਾਂਗੇ। ਹੁਣ ਅਸੀਂ ਰੈਡੀ ਹੈ, ਲੈ ਦਮਨੀ ਸਾਂਭ ਕੈਮਰਾ ਬਈ। ਗੱਲ ਇੰਨੀ ਹੈ ਵੀ ਕੋਈ ਸਾਡੇ ਕੋਲ ਕੋਈ ਹੋਰ ਤੀਜਾ ਪਰਸਨ ਹੈ ਨਹੀਂਗਾ, ਅਸੀਂ ਦੋਵੇਂ ਹੀ ਹੈ। ਵੈਸੇ ਤਾਂ ਨਹੀਂ ਇੱਕ ਬੰਦੇ ਨੂੰ ਨਾਲ ਬਿਠਾਉਣਾ ਸੀ ਸਪੋਰਟ ਜੀ ਨੂੰ, ਪਰ ਐਡਾ ਕੀ ਆ ਤੁਸੀਂ ਆਹੀ ਕਰੀਏ ਨਾ ਡੀਕਰੀਟ। ਅੱਛਾ ਠੀਕ ਹੈ, ਚੱਲ ਕੋਈ ਨਾ, ਲੈ ਫੜ ਫਿਰ ਉਹਨੂੰ। ਫੋਨ ਆ ਗਿਆ, ਚਲੋ ਕਹਿੰਦਾ ਫੋਨ ਸੁਣ ਲੱਗਿਆ ਵੀ। ਹੁਣ ਬਹਿੰਦੇ ਹਾਂ ਅਸੀਂ ਕੁਰਸੀ 'ਤੇ, ਲੈ ਕੈਮਰਾ ਮੈਨੂੰ ਫੜਾਉਣਾ ਕੈਮਰਾ, ਦਵਣੀ ਨੇ ਗੱਲਾਂ ਬਾਤ ਲਈਆਂ ਕਰ ਹੈ ਨਾ, ਅਤੇ ਆਲਾ ਦਵਣੀ। ਚਲੋ ਜੀ ਕਰਦੇ ਆਪਣਾ ਪ੍ਰੋਗਰਾਮ ਸਟਾਰਟ ਠੀਕ ਹੈ। ਅਤੇ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਥੋੜ੍ਹਾ ਜਿਹਾ ਕੰਮ ਹੈਗਾ ਵਲੋਗਿੰਗ ਟਾਈਪ ਬਈ ਹੈ ਨਾ, ਇੱਦਾਂ ਆਹ ਚੀਜ਼ਾਂ ਆਪਾਂ ਇੰਨੀਆਂ ਇੰਟਰਵਿਊ ਟਾਈਪ ਵੀਡੀਓ ਕਦੇ ਕੀਤੀ ਨਹੀਂ, ਪਹਿਲੀ ਵੀਡੀਓ ਆ ਬਈ ਆਪਣੀ। ਅਤੇ ਦੂਜੀ ਗੱਲ ਆਪਾਂ ਥੋੜ੍ਹੀ ਇੱਕ ਇਹ ਚੀਜ਼ ਤੱਕ ਹਟ ਕੇ ਗੱਲ ਕਰਦੇ ਹੈਗੇ, ਜਿਵੇਂ ਕਈ ਭਰਾ ਕਹਿੰਦਾ ਵੀ ਪ੍ਰਮੋਸ਼ਨ ਕਰਦੇ ਚੈਨਲ ਦੀ ਹੈ ਨਾ, ਵੀ ਐਂ ਕਰਦੇ ਉਹ ਕਰਦੇ ਅਸੀਂ ਐਂ ਪਾਉਂਦੇ ਉਵੇਂ ਪਾਉਂਦੇ ਹੈ। ਚੈਨਲ ਚਲਾਉਣ ਦਾ ਸਭ ਤੋਂ ਤਰੀਕਾ ਅੱਜ ਦੇ ਟਾਈਮ 'ਤੇ ਜੇ ਤੁਸੀਂ ਕਬੂਤਰਾਂ ਦਾ ਚੈਨਲ ਚਲਾਉਣਾ ਤਾਂ ਬਈ ਤੁਸੀਂ ਇੰਟਰਵਿਊ ਲੈਣ ਲੱਗ ਜਾਓ ਜਿਹੜੇ ਆਪਣੇ, ਚਲੋ ਪੰਜਾਬ ਦੇ ਜਿਹੜੇ ਕੋਈ ਵਧੀਆ ਖਿਡਾਰੀ ਆ ਹੈ ਨਾ, ਨਾ ਆਪਾਂ ਕਿਸੇ ਦਾ ਲੈਂਦੇ ਨਹੀਂ, ਜਿਹੜੇ ਵਧੀਆ ਚੰਗੇ ਖਿਡਾਰੀ ਕਿਤੇ ਵੀ ਆ ਛੋਟੇ ਲੈਵਲ ਤੋਂ ਸਟਾਰਟ ਕਰ ਲਓ। ਹਾਂ ਨਹੀਂ ਵੀ ਹੌਲੀ ਹੌਲੀ ਕੰਮ, ਕਿਤੇ ਵੀ ਹੌਲੀ ਹੌਲੀ ਸਟਾਰਟ ਕਰ ਲਓ ਕੰਮ, ਪਹਿਲੀ ਵੀਡੀਓ ਹੀ ਚੱਲੂਗੀ। ਹਾਂ ਵੀ ਆਪਣਾ ਕੰਮ ਹੈ ਥੋੜ੍ਹਾ ਹੋਰ ਹਿਸਾਬ 'ਤੇ ਬਈ ਹੈ ਨਾ, ਆਪਾਂ ਆਪਣਾ ਕੰਮ ਜੀਰੋ ਤੋਂ ਸਟਾਰਟ ਕੀਤਾ ਵੀ ਆਪਾਂ ਆਪਦਾ ਕੰਮ ਕਿਸੇ ਦੇ ਨਾਂ ਤੋਂ ਨਹੀਂ ਸਟਾਰਟ ਕੀਤਾ। ਪਹਿਲੀ ਗੱਲ ਤਾਂ ਵੀ ਕਿਸੇ ਦਾ ਨਾਂ ਲੈ ਕੇ ਵੀਡੀਓ 'ਚ ਹੈ ਨਾ, ਜਿਵੇਂ ਕਈ ਚੈਨਲ ਚਲਾਉਣ ਦਾ ਤਰੀਕਾ ਆਸਾਨ ਹੈ, ਬਸ ਇੰਟਰਵਿਊ ਲੈਣ ਜਾਓ ਅੱਗੇ ਉਹਦੇ ਜਿਹੜਾ ਵਧੀਆ ਵੱਡਾ ਸਟਾਰ ਬੰਦਾ ਹੈ, ਅਤੇ ਉਹਨੂੰ ਮੰਨ ਕੇ ਚਲੋ ਵੀ ਉਹਦਾ ਲਾਦਾ ਥੰਬਨੇਲ ਠੀਕ ਹੈ। ਆ ਤੂੰ ਹੀ ਆਣਾ ਮੁੰਡਾ ਦਾ ਕਿਸੇ ਦਾ WhatsApp ਤੇ ਆ ਗੁਰਜੋਤ, ਉਹੀ ਉਹਨਾਂ ਦਾ ਹੀ ਕੀ ਆ WhatsApp ਤੇ ਉਹਨਾਂ ਦਾ ਹੀ ਕਿਹਨਾਂ ਦਾ ਕਰੋ ਉਹਨਾਂ ਦੇ। ਹਾਂ ਇੱਕ ਮਿੰਟ ਬਾਅਦ ਚੱਕ ਫਿਰ। ਹਾਂ ਗੱਲ ਆਪਣੀ ਬਈ, ਜਿਹੜਾ ਫੋਨ ਆ ਗਿਆ ਸੀ ਬਿਜ਼ੀ ਹੋ ਗਏ ਸੀ ਮਾੜਾ, ਸਾਨੂੰ ਫੋਨ ਸਾਇਲੈਂਟ ਕਰਨੇ ਪੈਣਗੇ ਸਾਡਾ, ਮੇਰਾ ਮਾਹਾ ਦਾ ਸਰੀਰ ਮੋਸ਼ਨ ਬਣਿਆ ਸੀ ਸਾਰਾ ਫਲੋ ਵੀ ਤੋੜਤਾ ਮੇਰੀ ਗੱਲ, ਫਰਕ ਪੈ ਜਾਂਦਾ ਗੱਲ 'ਚ। ਹਾਂ ਅਤੇ ਮਤਲਬ ਚੈਨਲ ਚਲਾਉਣ ਦਾ ਸੌਖਾ ਤਰੀਕਾ ਇਹ, ਜਿਵੇਂ ਅੱਜ ਦੇ ਟਾਈਮ 'ਚ ਲੋਕ ਚਲਾ ਰਹੇ ਆ ਹੈ ਨਾ, ਵੀ ਅਸੀਂ ਕੰਮ ਕੀਤਾ ਸਟਾਰਟ ਵੀ ਤੁਹਾਨੂੰ ਵੀ ਪਤਾ ਹੈ ਨਾ ਤੁਹਾਡੇ ਸਹਾਰੇ 'ਤੇ, ਚੱਲ ਜਿੰਨਾ ਕੁ ਬਣਿਆ ਨਾ ਯਾਰ ਸਿੱਧੀ ਜੀ ਗੱਲ ਹੈ ਆਪਦੇ ਦਮ 'ਤੇ ਬਣਿਆ, ਵੀਡੀਓ 'ਚ ਕਿਸੇ ਦਾ ਨਾਂ ਲੈ ਕੇ ਨਹੀਂ ਬਣਾਈ ਜਾਂ ਕਿਸੇ ਦੀ ਫੋਟੋ ਲਾ ਕੇ ਨਹੀਂ ਬਣਾਇਆ ਆਪਾਂ ਹੈ ਨਾ। ਇੰਟਰਵਿਊ ਲੈਣ ਜਾਓ, ਦੋ ਚਾਰ ਖਿਡਾਰੀਆਂ ਦਾ ਇੰਟਰਵਿਊ ਲਓ, ਅੱਗੇ ਉਹਨਾਂ ਦਾ ਫੋਟੋਆਂ ਲਾਓ, ਤੁਹਾਡੀ ਵੀਡੀਓ ਚੱਲੂਗੀ ਚੱਲੂਗੀ ਬਈ, ਪਰ ਉਹ ਸਵਾਦ ਨਹੀਂ ਉਹਦਾ ਗੱਲ 'ਚ, ਉਹ ਕੰਮ ਹੋ ਜਾਂਦਾ ਕਿਸੇ ਦੇ ਮੋਢੇ 'ਤੇ ਰੱਖ ਕੇ ਚਲਾਉਣ ਵਾਲਾ ਕੰਮ ਹੈ ਨਾ। ਸਾਨੂੰ ਉਹ ਚੀਜ਼ ਵਧੀਆ ਨਹੀਂ ਲੱਗਦੀ ਯਾਰ ਵੀ ਕਿਸੇ ਦੇ ਨਾਮ ਤੋਂ ਵਿਊ ਲੈਣੇ ਆਪਾਂ ਹੈ ਨਾ, ਵੀ ਭੂਆ ਦੀ ਘੱਟ ਆ ਜਾਣ ਵਿਊ ਚਾਰ ਹੈ, ਪਰ ਵੀਡੀਓ ਅਸੀਂ ਆਪਦੀ ਪਾਵਾਂਗੇ, ਅਤੇ ਨਾ ਸਾਨੂੰ ਕੋਈ ਇੰਟਰਵਿਊ ਕਿਸੇ ਦੀ ਇੰਟਰਵਿਊ ਕਰਨ ਦੀ ਲੋੜ ਹੈ। ਜਿਵੇਂ ਕਈ ਭਰਾ ਕਹਿੰਦੇ ਵੀ ਤੂੰ ਇੰਟਰਵਿਊ ਲੈਣ ਜਾਵੜਿਆ ਕਰ ਖਿਡਾਰੀਆਂ ਕੋਲ, ਕਿਉਂ ਲੈਣ ਜਾ ਕੇ ਵੀ ਕੀ ਲੋੜ ਆ ਸਾਨੂੰ, ਸਹੀ ਗੱਲ ਹੈ ਕਿ ਨਹੀਂ? ਸਹੀ ਸਹੀ ਖਿਡਾਰੀ ਆ ਬਈ, ਚੰਗੀ ਗੱਲ ਆ ਵਧੀਆ, ਅਸੀਂ ਵੀ ਮੰਨਦੇ ਹਾਂ ਉਹ ਆਪਦੇ ਘਰੇ ਆ ਵੀ ਉਹ ਆਪਦਾ ਕੰਮ ਕਰੀ ਜਾਂਦੇ, ਸਾਡਾ ਥੋੜ੍ਹਾ ਜਿਹਾ ਸਾਡੀ ਰੇਸ ਹੀ ਹੋਰ ਹੈ, ਤੁਹਾਨੂੰ ਸਿੱਧੀ ਜੀ ਗੱਲ ਦੱਸ ਦਿੰਦੇ ਹੈਗੇ, ਤਾਂ ਕਰਕੇ ਅਤੇ ਪਹਿਲੀ ਗੱਲ ਤਾਂ ਇਹੀ ਹੋਊਗੀ ਹੈ ਨਾ, ਕਿਸੇ ਦੇ ਮੋਢੇ 'ਤੇ ਰੱਖ ਕੇ ਚਲਾਉਣ ਵਾਲਾ ਕੰਮ ਨਹੀਂ, ਜਿੰਨਾ ਕੁ ਵੀ ਕੁਛ ਬਣਿਆ ਹੈ ਨਾ ਤੁਹਾਡੇ ਭਰਾਵਾਂ ਦੀ ਸਪੋਰਟ ਨਾਲ ਹੀ ਕੋਈ ਜਾਣਦੇ ਆ ਚਾਰ ਭਰਾ। ਅਤੇ ਹੁਣ ਆਪਾਂ ਆਉਣੇ ਆ ਆਪਣੇ ਖੇਤਾਂ ਵਾਲੇ ਕਬੂਤਰ ਦੇ ਬਈ ਠੀਕ ਹੈ। ਸਭ ਤੋਂ ਪਹਿਲਾਂ ਤਾਂ ਦੱਸ ਦਿੰਦੇ ਹਾਂ ਵੀ ਖੇਤਾਂ ਵਾਲਾ ਕਬੂਤਰ ਦਾ ਕੀ ਹਿਸਾਬ ਕਿਤਾਬ ਸੀਗਾ। ਉਹ ਆਪਣੇ ਘਰ ਦਾ ਪੱਠਾ ਨਹੀਂ ਸੀਗਾ ਬਈ, ਉਹ ਲਗਭਗ ਬਾਹਰੋਂ ਆਇਆ ਸੀ ਕਬੂਤਰ, ਅਤੇ ਆਇਆ ਦਵਣੀ ਉਹ ਕਿਹੜੇ ਟਾਈਮ ਸੀਗਾ ਯਾਰ, ਕਿੰਨੇ 2000 ਤੈਨੂੰ ਮੈਂ ਦੱਸ ਦਿੰਦਾ, ਉਹ ਸੀਗਾ 2013-14 ਦੀ ਗੱਲ ਆ, 14-13 ਦੀ
गर्मी बहुत सी बी ओद छोटे छोटे होंगे आप ही ला लो हिसाब यार छेवी कलास होंगे हो गए ना छेवी कलास होंगी तुम पता भी किन्नी सूह होंगी छोटे छोटे होंगे जवाक मत होंगी सी कबूतर फड़न का चा बहुत हों जो नवा कबूतर आना भजना मगर स्वाद ही वक्रा उदो यार है नवे कबूतर फड़न का उदो अं किसी के घर कबूतर रखे होंगे उदा इतने नहीं कबूतर रखे घरे रखे तो बी सारे ही अपन हुए है मैं लगता चार साल ही होने चार पांच साल घरे रखे हुए है तो पहला आप किसी के घर रखे होंगे उसने दसिया भी पिंड च मुंडा है अपना निका वो घरे कबूतर आया भी बहरों लगभग भी दो ढाई का टाइम सगा कबूतर दे रंग लग्या सीगा दोवें गुलाबी साते इतों आए धुर तिकर कांतरा कह लगे साते कह लगे दोवें गुलाबी साते यह केरा दा आ गया भी पिंड च उतरिया थले इदू बाद फिर उच्चा ही मुड़ गया यह कबूतर इतों तो अथ ने फिर उतरा 7 बजे लगभग यह कबूतर तो उतर के अपने इधर वाणा च बह गया सीगा दमनी आह गोली घर स्पैदा च बह गया सीगा पहले दिन आके उते वो टिवली नहीं देख लिया बैठा मैंने दसा भी बई कहना कबूतर आके उत्थे बह गया मैं भी चल कोई ना बैठा रहन दे कल नू देखांगे स्पैदा साडा फौ नहीं पिया चढ़न दा अगले दिन भी उड खड़िया तड़के ही टाइम वाली ते किवें कोई खून फणा जांदा कि नहीं 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 ते उड खड़िया ते उड के किरां आ गया पिंड च उह ते सिद्धी गल यार भी दिन गल आई सारा कबूतर ने एडे गर्मी च एडे भैड़े दिन च तो वह बई इधरों 15 मिनट पिंड छुड़िया तो जाके कसी डिग पिया तो सानू ए लगा कि भज गया हाँ। अंदर कसी दे बह गया जाके कसी जो पीता पानी तो बस उत्थे ही पक्का हो गया कबूतर कसी तो रहन लग गया हाँ फिर मैं ते दमनी ते साडे नाल होर वाधू जाने अंबी उंबी अर्गे तो असं जाते होंगे फड़न बई उन्हू लगभग असी 15 दिन फड़न गए उन्होंने पूरा कसी से तो चक्कर की सीगा कसी की परड़ी तो चुकता सी रोड चुके रोड तो कसी की चौपड़ी तो चुके रोड कसी चो पी के पानी उत्ते किकर छपैदे दरख्त च बह जा करे बैठ रहा असं बी जाया करके स्कीम ला के असि छतरी भी लै गए असि छतरी भी बड़का के देख ले एक दो बार मतलब टोकरा भी लै गए टोकरा भी लै गए कबूतर भी खुले छड़े है साढ़े हाथ ने आए कबूतर वह ना पतंदर पिया गोली ओह ना पिया गोली ना वो मतलब भी गोली पिया ना कोई ऊ हो बस कला ही रहा कसी से जावा फिर असं खेड़ा छड़ता कबूतर का फिर अस कभी यह नहीं फड़िया जाता यार छड़ो खड़ा है ना भी की करना आप फिर बी गल लगभग मेरे हिसाब न दो ढाई साल लंघ गए गल दो ढाई साल लंघ गए गल उथे तो उथे माँ का शेर एक पुल तो लैके अपने कालचरणी वाले पुल तो लैके बादल वाले पुल तक लगभग भी 5-7 किलोमीटर का होगा ना बस इन्नी की मार करता 5-7 किलोमीटर लम्मी मार करता है हाँ लम्मा 5-7 किलोमीटर कसी तो रहा ढाई साल बाद बई मीह आया पूरा तगड़ा मीह नेरी फुल झोनिया की रुत सी झोने लाई जाते उदो तो पिंड की लेबर ही सी साडे दी ते अपना हरमन ते हरमन के कोठे को शौरां च डिग पिया क्यों नेरी मीह बाल आया भिज गया तो शौरां च डिग पिया ते नाल झोना लाई जाते भरावा तो उन्होंने जवाकों ने चक लिया भी उन्होंने चक लिया तो उतों साढ़े पिंड दे लिया कोई है ना चल अपना ना नहीं लेते उत्तों तो दस दे हाँ वो ले आए अपने पिंड दे फड़ फूना ही आंदा एक मिनट बाबे यार जी फिर फड़ो कैमरा सारी गल का ना मोश नहीं का आता यार और यार टोपी में पहला लाई सी हूँ लाई है मेरा ताज है पता नहीं मेरे नहीं जा दंदा वो ले जाएगा और बदगा सीन दे अपना ही साडा गल किथे सी यार लवप्रीत पटियाला कोई ना फोटो भेज रखी आप इहनू दवाई लै घरे पहुंच जूगा आपे कोई चक्कर वाली गल बाद चक्कांगे फोन ते गल अपनी सी भी अपना पिंड च कोई लै गया उन्हां तों जो उ डिग पिया उन्होंने लिया चक तो उदू बाद साढ़े पिंड चो कोई घर लै गया भी कबूतर नहीं रखी सी उन्होंने नले ऊ ही लै गया व्यक्ति कहते भी साढ़े जवाक वास्ते ले जाना इस तरह चलो भी वह लै गए सानू पता लग गया जो भी वह कबूतर ए करके भी फड़ लिया तो वह लै गए बदगा जान पछाण ने साड़ी बोलचाल असी क्या भी सानू कबूतर दे दो है भी तुम्हें कड़ा रखना भी ना तुम्हें बाजी छड़ना ना तुम्हें कुछ होर करना है तो कहते नहीं अस तो यही रखना है भी मैं कहा ये बटे सू 4 कबूतर दे दें जमा पिंजरा भी दें रखन भी ये कबूतर सानू दे दौ कहते नहीं अस तो यही रखना कहने भी जा कहते ठल पाई है ठल नंबर दस दौ रिंग नंबर वो शायद सिल्वर की ठल पाई सी
ਤੇ 226 ਨੰਬਰ ਸੀਗੀ। ਹੁਣ ਸਾਨੂੰ ਉਠਾ ਦਿੰਦਾ ਕੀ ਪਤਾ ਸੀ ਯਾਰ ਸਾਡਾ ਕਿਹੜਾ ਸੀਗਾ ਬਈ ਹਨਾ। ਤੇ ਮੈਂ ਕਿਹਾ ਚੱਲ ਕੋਈ ਗੱਲ ਨੀ, ਤੁਸੀਂ ਮੈਨੂੰ ਪਤਾ ਹੀ ਸੀ ਵਣ ਜਾਣ ਬੰਦਾ ਕਿੰਨਾ ਟਾਈਮ ਰੱਖੂਗਾ। ਹੁਣ ਨਾ ਤਾਂ 2 ਮਹੀਨੇ ਨੂੰ ਉੱਡਿਆ ਹੋਇਆ ਪੁੱਤਰ ਉਹਨਾਂ ਤੋਂ, ਉਹੀ ਗੱਲ ਬਈ 2.5 ਮਹੀਨਿਆਂ ਬਾਅਦ ਤੇ ਬੱਚੀ ਨੀ ਰੱਖੇ ਮਾੜਾ ਜਿਹਾ ਨਾ, ਚੱਲ ਕੋਈ ਨਾ 2.5 ਮਹੀਨਿਆਂ ਬਾਅਦ ਬਈ ਤੇ ਉੱਡਿਆ ਆ ਉਹਨਾਂ ਤੋਂ ਉਹ। ਤੇ ਰੌਲਾ ਸੀ ਹੁਣ ਜਦੋਂ ਪਹਿਲਾਂ ਉਹਨੇ 2.5 ਸਾਲ ਖਾਧੇ ਰੋਡ, ਠੀਕ ਹੈ, ਜਦੋਂ ਇੱਥੇ 2.5 ਮਹੀਨੇ ਖਾਧੇ ਦਾਣੇ, ਤੇ ਉਦੋਂ ਬਾਅਦ ਉਹਨੂੰ ਰੋਡ ਕਿਉਂ ਚੰਗੇ ਲੱਗਣ ਬਈ? ਉਹ ਬਈ ਭੁੱਖਾ ਮਾਰਦਾ ਪਿੰਡ ਨੂੰ ਆਵੇ ਸਾਡੇ ਨੂੰ ਇੱਥੇ, ਉਹ ਕਦੇ ਆਹ ਗਲੀ ਚ ਉੱਤਰ ਜੇ ਨਾਲ ਵਾਲੀ ਚ ਆਪਣੀ ਚ, ਕਦੇ ਹੋਰ ਉੱਤਰ ਜੇ, ਕਦੇ ਕਿਸੇ ਦੀ ਰੂੜੀ ਤੇ ਉੱਤਰ ਜੇ, ਘਰੇ ਨੀ ਉੱਤਰ ਉੱਤਰਦਾ ਗਲੀਆਂ ਚ। ਯਾਰ ਐਡਾ ਭੈੜਾ ਕਬੂਤਰ ਮੈਂ ਨੀ ਵੇਖਿਆ ਯਾਰ, ਇੰਨਾ ਚਿਰ ਬਾਹਰ ਰਹਿ ਕੇ ਨਾ ਪਤੰਦਰ ਦੀ ਐਨ ਵੀ ਇੰਨਾ ਹੰਕਾਰੀ ਕਬੂਤਰ ਪੁੱਛ ਨਾ ਬਈ ਯਾਰ, ਵੀ ਕੋਈ ਨਾ ਜਿਹੜਾ ਗਰਮ ਕਬੂਤਰ ਹੋਊ ਅੜਬ ਉਹੀ ਕਬੂਤਰ ਇਕੱਲਾ ਰਹੂਗਾ, ਜ਼ਿਆਦਾ ਕਬੂਤਰ ਬਈ ਗੋਲੀ ਜਾਂ ਕਬੂਤਰ ਉਹੀ ਫੜਿਆ ਜਾਂਦਾ ਹੈਗਾ। ਉਹ ਬਈ ਨਾ ਜੀ, ਉਹ ਕਦੇ ਗਲੀ 'ਚ ਉੱਤਰ ਜੇ, ਕਦੇ ਕਿਸੇ ਰੂੜੀ 'ਤੇ ਉੱਤਰ ਜੇ ਭਰਾਵਾ, ਤੇ ਸਾਡੀ ਨਿਗਾਹ ਫਿਰ ਵੀ ਫੜਾਂਗੇ ਬਈ। ਹੈਂ, ਜੰਗ ਬਲੱਡ ਸੀ, ਜਵਾਕ ਜੇ ਹੁੰਦੇ ਸੀ ਉਹ ਤਾਂ ਭੈਣ ਨਾ ਕਿਤੇ ਮਰਜ਼ੀ ਸਿੱਟ ਦਿੰਦੇ ਕਹਿ ਕੇ। ਅਤੇ ਮੁੜ ਕੇ ਕੀਤਾ ਕਿ ਆਪਣੇ ਇੱਥੇ ਚਾਚੇ ਕੇ ਵਾੜੇ 'ਚ ਉੱਤਰ ਲੱਗ ਗਿਆ ਇਹਨਾਂ ਦੇ ਮਗਰ ਇੱਥੇ ਉੱਤਰ ਰਿਹਾ। ਹਾਂ, ਆਹ ਇੱਥੇ ਨਾਲ ਹੀ ਆ ਵਾੜਾ ਜਮਾਂ, ਤੁਹਾਨੂੰ ਦਿਖਾ ਵੀ ਦੇਵਾਂਗੇ। ਅਤੇ ਉੱਤਰਨ ਕਿਵੇਂ ਲੱਗਿਆ, ਅਸੀਂ ਐਂ ਚਾਰ ਛਫੇਰੇ ਦੇ ਘਰਾਂ 'ਚ ਵਾੜਿਆਂ 'ਚ ਦਾਣੇ ਸੁੱਟ ਗਏ ਬਈ, ਹੈ ਮੁੱਠੀ 2-2 ਮੁੱਠੀਆਂ ਸੁੱਟ ਗਈ ਵੀ ਕਿਸੇ ਨਾ ਕਿਸੇ ਪਾਸੇ ਤਾਂ ਆਊਗਾ ਹਿਸਾਬ 'ਚ, ਬਈ ਇੱਥੇ ਆ ਗਿਆ ਸਾਹ 'ਚ। 2 ਦਿਨ ਦਾਣੇ ਖਾਣ ਆ ਗਿਆ ਇੱਥੇ, ਅਤੇ 3ਜੇ ਦਿਨ ਲਾ ਲਿਆ ਟੋਕਰਾ ਅੱਜ ਤਾਂ। ਹੈਂ ਦਮਣੀ ਤੂੰ ਵੀ ਸੀਗਾ ਉਹਦੇ ਨਾਲ? ਸੀ ਆਪਾਂ ਇੱਥੇ ਪੜਾ ਜੀ ਟੋਕਰਾ ਲਾਇਆ ਸੀ, ਦਮਣੀ ਸੀ, ਹਰਮਨ ਸੀ ਅਤੇ ਸੁਖਵੀਰ ਸੀ, 4-5 ਜਣੇ ਸੀਗੇ ਬਈ। ਅਤੇ ਟੋਕਰਾ ਲਾ ਕੇ ਤਾਂ ਵੀ ਫੜ ਲਿਆ ਬਈ, ਵਿਆਹ ਜਿੰਨਾ ਚਾ ਕਬੂਤਰ ਫੜੇ ਦਾ ਸਾਨੂੰ, ਚੀਕਾਂ ਮਾਰ ਗਏ, ਨੱਚ ਗਏ, ਬੁਰਾ ਹਾਲ ਗਏ ਯਾਰ। ਘੱਟੋ ਘੱਟ 2.5 ਸਾਲ, 2 ਮਹੀਨੇ, ਘੱਟੋ ਘੱਟ 3 ਸਾਲਾਂ ਬਾਅਦ ਕਬੂਤਰ ਜਾ ਫੜਿਆ, 2.5-3 ਸਾਲਾਂ ਬਾਅਦ ਫੁੱਲ ਚਾਹ ਚੜਿਆ ਸਾਨੂੰ ਬਈ ਕਬੂਤਰ ਦਾ। ਅਤੇ ਉਹ ਭਰਾਵਾ ਅਤੇ ਚਾਚੇ ਨੇ ਫੜ ਲਿਆ ਕਬੂਤਰ, ਉਹ ਥੋੜ੍ਹਾ ਜਿਹਾ ਹੱਥ ਨੇ ਸੈੱਟ ਜਿਹਾ ਸੀ ਕੰਮ, ਅਤੇ ਇਹ ਤਾਂ ਕਹਿੰਦਾ ਮੈਂ ਰੱਖੂ। ਅਸੀਂ ਰੋਣ ਅੱਕੇ ਭਰਾਵਾ, ਵਿਆਹ ਕੀ ਗੱਲ ਬਣ ਗਈ, ਅਸੀਂ ਅਟੈਚ ਉਹਦੇ ਨਾਲ, ਅਤੇ ਅਖੇ ਮੈਂ ਤਾਂ 5,000 ਰੁਪਇਆ ਲੈਣਾ ਤਾਂ ਕਬੂਤਰ ਤਾਂ ਮੈਂ ਰੱਖੂੰਗਾ, ਖਰੀ ਕਰਨ ਲੱਗ ਗਿਆ ਵੀ ਕਿ ਅਸੀਂ ਭਰਾਵਾ ਰੋਣ ਅੱਕੇ ਵੀ ਯਾਰ ਮਹਾਂ ਤਾਂ ਫੜਿਆ ਸੀਗਾ ਵੀ ਇੱਕ ਐਂ ਫੜੀ ਫਿਰ ਵੀ ਡਾ ਨਾ ਦੇ ਪਤੰਦਰ ਦਾ ਸਾਡਾ ਭਰਾਵਾ, ਐਂ ਦਿਲ ਨਿਕਲੇ ਬਾਹਰ ਵੀ ਉੱਡ ਗਿਆ ਉੱਡ ਗਿਆ ਉੱਡ ਗਿਆ। ਅਤੇ ਮੁੜ ਕੇ ਕੀਤਾ ਕਿ ਉਹ ਚੱਲ ਅਸੀਂ ਲੈ ਲਿਆ ਕਬੂਤਰ, ਅਸੀਂ ਕਿਹਾ ਵੀ ਕੋਈ ਗੱਲ ਨਹੀਂ ਵੀ ਕਬੂਤਰ ਫੜ ਲਿਆ ਅਸੀਂ। ਉਦੋਂ ਬਾਅਦ ਅਸੀਂ ਫੋਨ ਕਰਤਾ ਆਪਣੇ ਪਿੰਡ ਵਾਲੇ ਹਰਮਨ ਜੀ ਵੀ ਪਹੁੰਚ ਚੁੱਕੇ ਨੇ, ਮਾੜਾ ਕੈਮਰਾ ਕਰੀ ਉੱਧਰ, ਸਾਰੇ ਇੰਟਰਵਿਊ ਦਾ ਸੀਨ ਹੀ ਗਾਲ ਪੈਣੇ ਤਾਂ ਆ ਕੇ। ਅਤੇ ਪਿੰਡ 'ਚ ਫੋਨ ਕਰਤਾ ਆਪਾਂ ਉਹਨਾਂ ਨੂੰ, ਦੂਜਿਆਂ ਨੂੰ, ਆਪਣੇ ਮਿੱਤਰਾਂ ਨੂੰ, ਤੈਨੂੰ ਪਤਾ ਹੀ ਹੈ ਵੀ ਮੈਂ ਕਿਹਾ ਵੀ ਕਬੂਤਰ ਫੜ ਲਿਆ, ਅਤੇ ਘਰੇ ਤਾਂ ਰੱਖਣ ਨਹੀਂ ਦਿੰਦੇ ਹੁੰਦੇ ਸੀਗੇ, ਅਤੇ ਨਿੱਕੇ ਘਰੇ ਛੱਡ ਆਉਣਾ ਭਰਾਵਾ ਕਬੂਤਰ ਅਸੀਂ, ਅਤੇ ਅਸੀਂ ਕਿਹਾ ਚੱਲ ਵੀ ਉਹਨਾਂ ਨੂੰ ਦੇ ਦਿੰਦੇ ਹਾਂ ਵੀ ਯਾਰ ਮਿੱਤਰ ਆਪਣੇ। ਅਤੇ ਲੈ ਗਏ ਕਬੂਤਰ ਆ ਕੇ ਭਰਾਵਾ, ਉਹ ਉਦੋਂ ਹੀ ਅਸੀਂ ਕੈਂਚੀ ਪਾ ਕੇ ਦੇ ਦਿੱਤਾ ਨਾਲ ਦੀ ਨਾਲ ਕਬੂਤਰ। ਅਤੇ ਉਹ ਰਿਹਾ ਬਈ ਮੇਰੇ ਹਿਸਾਬ ਨਾਲ 8-9 ਮਹੀਨੇ ਬਿੱਟੂ ਦੇ ਘਰੇ ਰਿਹਾ, ਬਿੱਟੂ ਤੈਨੂੰ ਪਤਾ ਹੀ ਆਪਣਾ ਉੱਧਰ ਦੂਜੇ ਪਾਸੇ ਵਿਹੜੇ ਵਾਲੀ ਸਾਈਡ, ਉਹ ਮੁੰਡਾ ਵਧੀਆ ਬੰਦਾ ਉਹ ਵੀ ਘੈਂਟ। ਅਤੇ ਉਹਨਾਂ ਦੇ ਘਰੇ ਰਿਹਾ ਬਈ ਉਹ ਘੱਟੋ ਘੱਟ ਕੋਈ 8-9 ਮਹੀਨੇ ਜਾਂ ਸਾਲ, ਪੱਕ ਐਗਜੈਕਟ ਉਹ ਨਹੀਂ ਯਾਦ ਹਨਾ ਵੀ ਯਾਰ, ਕੋਈ ਬਾਹਲੀ ਪੁਰਾਣੀ ਗੱਲ ਹੈ। ਅਤੇ ਉੱਥੇ ਰਿਹਾ, ਫਿਰ ਉਦੋਂ ਬਾਅਦ ਆਪਣਾ ਦੂਜਾ ਮਿੱਤਰ ਆਪਣੇ ਪਿੰਡ ਵਾਲਾ ਉਹ ਗੱਗਾ, ਉਹ ਲੈ ਗਿਆ ਬਈ ਕਬੂਤਰ ਉੱਥੋਂ। ਲਗਭਗ ਵੀ ਸ਼ਾਇਦ 2-2.5 ਸਾਲ ਉਹਦੇ ਕੋਲ ਰਿਹਾ ਕਬੂਤਰ, ਉਹ ਤੋਂ ਬਾਅਦ 2-2.5 ਸਾਲ ਉਹਦੇ ਕੋਲ ਰਿਹਾ। ਅਤੇ ਉੱਥੋਂ ਕਬੂਤਰ ਅਸੀਂ ਫਿਰ ਮੜਵਾ ਲਿਆਂਦਾ ਉਹਦੇ ਤੋਂ 2-2.5 ਸਾਲਾਂ ਬਾਅਦ, ਜਦੋਂ ਮੈਂ ਘਰੇ ਕਬੂਤਰ ਰੱਖਿਆ ਆਪਣੇ। ਇਹ ਹੋਊਗੀ ਗੱਲ ਮੇਰੇ ਹਿਸਾਬ ਨਾਲ ਜੀ 2020 ਦੀ ਗੱਲ ਹੈ, ਸ਼ਾਇਦ 2020 'ਚ ਕਬੂਤਰ ਫਿਰ ਘਰੇ ਲਿਆਂਦਾ ਉਹ ਮੈਂ ਮੜਾ ਲਿਆਂਦਾ ਕਬੂਤਰ। ਕਬੂਤਰ ਸੀ ਐਡਾ ਲੰਮਾ, ਉਹ ਘੱਟੋ ਘੱਟ ਐਡਾ, ਦਿਖਾਵਾਂਗੇ ਫੋਟੋਆਂ ਪੰਗਾਂ ਵਿੱਚ, ਵੀਡੀਓ ਵੀ ਐਡ ਕਰੂੰ ਕਬੂਤਰ ਦਿਖਾਵਾਂ ਲਾਸਟ 'ਤੇ ਜਾ ਕੇ ਤੁਹਾਨੂੰ ਵੀ ਕੀ ਹਿਸਾਬ ਕਿਤਾਬ ਹੈ। ਉਦੋਂ ਬਾਅਦ ਫਿਰ ਘਰੇ ਲਿਆਂਦਾ ਵੀ ਕਬੂਤਰ ਆਪਾਂ ਕਰ ਕਰਾ ਕੇ ਉਹ। ਅਤੇ ਮੁੜ ਕੇ ਉਹਦੇ ਬੱਚੇ, ਉਹਦੇ ਬੱਚੇ ਉਦੋਂ ਮਤਲਬ ਵੀ ਪੜ੍ਹਾਈ ਵੀ ਨਹੀਂ ਐਡੀ ਚੰਗੀ ਹੁੰਦੀ ਸੀਗੀ, ਜਵਾਕ ਮਾਤੂ ਜੀ ਇੰਨਾ ਪਤਾ ਨਹੀਂ ਸੀ ਖੁਰਾਕ ਖਰੂਕ ਦਾ। ਅਤੇ ਬੱਚੇ ਬੁੱਚੇ ਕਢਾਏ ਉਹਦੇ, ਮਰ ਗਏ ਬੱਚੇ ਵਾਹਵਾ ਸਾਰੇ। ਅਤੇ ਸੱਚ ਕਬੂਤਰੀ ਵੀ ਉਹਦੀ ਸੀ ਬਈ, ਉਹਦੇ ਨਾਲ ਲੱਗੀ ਆਪਣੇ ਗਗਣੀ ਦੀ ਕਬੂਤਰੀ ਸੀਗੀ, ਜੋੜੀ ਲਿਆਂਦੀ ਸੀ ਜਾ ਕੇ ਬਣੀ ਤਣੀ ਮੈਨੂੰ ਲੱਗਦਾ, ਮੈਂ ਵੀ ਮੈਂ ਕਿਹਾ ਮੈਂ ਲੈ ਕੇ ਜਾਣਾ ਕਬੂਤਰ ਬਈ ਆਪਦੇ ਹੈ ਨਾ। ਅਤੇ ਉਹਨੇ ਨਾਲ 2-3 ਬੱਚੇ ਕਢਾਏ ਅਸੀਂ ਉਹਦੇ ਲਾ ਕੇ। ਅਤੇ ਇੱਕ ਬੱਚੇ ਦੀ ਤਾਂ ਲੱਤ ਟੁੱਟ ਗਈ ਸੀਗੀ, ਮੈਂ ਨਵਾ ਕੇ ਨਹੀਂ ਗੱਪ ਨਹੀਂ ਮਾਰਦਾ, ਨਵਾ ਕੇ ਛਤਰੀ ਦੇ ਬਾਹਦਾ ਭਰਾਵਾ ਹੈ। ਅਤੇ ਉਹ ਕਮਜ਼ੋਰਾ ਸੀ ਵਿਚਾਰਾ, ਨਵਾ ਕੇ ਛੋਲਿਆਂ ਦਾ ਡਕਾ ਕੇ ਮੈਂ ਭਾਵਾਂ ਛਤਰੀ ਤੋਂ ਉਹਨੇ ਮਾਰੀ ਛਾਲ ਭਰਾਵਾ, ਤੇ ਪੱਟ ਦੀ ਹੱਡੀ ਬਾਹਰ ਨਿਕਲੀ ਗਿਆ ਉਹਨੂੰ ਤਾਂ, ਮੂਧਾ ਬੈਠਾ ਵਿਚਾਰਾ। ਅਤੇ ਉਦੋਂ ਬਾਅਦ ਫਿਰ ਇੱਕ ਬੱਚਾ ਮੈਂ ਅੰਡਾ ਬਦਲਤਾ ਸੀ ਉਹਦਾ,
ਇੱਕ ਬੱਚਾ ਪਲਾ ਲਿਆ ਜਦੋਂ ਮੈਂ ਲਾਲਚੀ ਨਾਲ, ਉਹ ਆਪਣੇ ਕੋਲ ਹਜੇ ਵੀ ਬੈਠਾ ਇਸ ਟਾਈਮ ਉਹਦਾ ਬੱਚਾ। ਅਤੇ ਇੱਕ ਬੱਚਾ ਫਿਰ ਉਦੋਂ ਬਾਅਦ ਆਪਾਂ ਲਾਇਆ ਸੀ ਬਾਈ ਗੋਰੇ ਵਾਲੀ ਕਬੂਤਰੀ ਨਾਲ, ਉਹਨੂੰ ਬਾਈ ਗੋਰਾ ਗੁਰੂ ਸਰ, ਉਹ ਤੋਂ 3 ਕਬੂਤਰੀਆਂ ਲਿਆਉਂਦੀਆਂ ਸੀਗੀਆਂ। ਇੱਕ ਤਾਂ ਬਾਜੀ ਛੱਡੀ ਸੀਗੀ ਅਸੀਂ, ਬਾਜੀ ਜਿੱਤ ਗਈ ਪਰ ਵੀ ਸਾਨੂੰ ਉਹ ਫੜੀ ਨਹੀਂ ਗਈ, ਉਹ ਜੱਜਲ ਪਿੰਡ ਛੱਡੀ ਸੀਗੀ। ਅਤੇ ਇੱਕ ਨੂੰ ਘਰ ਬਿੱਲੀ ਖਾ ਗਈ, ਅਤੇ ਜਿਹੜੀ ਨਾਲ ਉਹਦਾ ਬੱਚਾ ਕਢਾਇਆ ਸੀਗਾ ਟੇਢੀ ਚੁੰਝ ਵਾਲੀ ਕਬੂਤਰੀ ਨਾਲ, ਉਹਦੀ ਤਾਂ ਵੀਡੀਓ ਵੀ ਹੋਣੀ ਹੈ ਇੱਥੇ ਵਿੱਚ ਆਪਣੇ ਪਹਿਲਾਂ ਪਾਈ ਸੀ, ਉਹ ਮਰ ਗਈ ਆਪਣੇ ਕੋਲ, ਉਹ ਲੱਗ ਵਿੱਚ ਆ ਗਈ ਸੀ ਕਬੂਤਰੀ ਉਹ। ਅਤੇ ਇਹ ਹਿਸਟਰੀ ਸੀਗੀ ਲਗਭਗ ਵੀ ਖੇਤਾਂ ਵਾਲੇ ਕਬੂਤਰ ਦੀ, ਵੀ ਕਿੱਥੋਂ ਆਇਆ, ਕੀ ਹਿਸਾਬ ਕਿਤਾਬ ਸੀਗਾ। ਅਤੇ ਕਬੂਤਰ ਵਾਕਈ ਬਹੁਤ ਚੰਗਾ ਸੀਗਾ ਬਾਈ, ਇੰਨਾ ਡਾਵਾ ਕਬੂਤਰ ਯਾਰ, ਮੰਨ ਕੇ ਚੱਲ ਵੀ ਆਪਾਂ ਦੇਖਣਾ ਨਹੀਂ ਕਿਤੇ ਯਾਰ, ਹੈ ਨਾ। ਤੁਹਾਨੂੰ ਮੈਂ ਫੋਟੋ ਵੀ ਦਿਖਾਉਣਾ ਆਪਣੇ ਪੁਰਾਣੇ ਫੋਨ 'ਚ ਪੰਗਾ ਹੋਣਗੀਆਂ ਉਹਦੀਆਂ, ਉਹ ਵੀ ਤੁਹਾਡੇ ਨਾਲ ਕਰਦੇ ਹਾਂ। ਤੇ ਬਾਕੀ ਨੂੰ ਐਡ ਕਰਦੇ ਹਾਂ, ਫੋਟੋਆਂ ਦੀ ਕਲਿੱਪ ਲਾ ਦਾਂਗੇ ਉਹ ਵਿੱਚ, ਕਲਿੱਪਾਂ ਉਹ ਲਾਸਟ ਤੇ ਲਾਵਾਂਗੇ ਸਵਾਰ ਕੇ ਉਹ ਕਬੂਤਰ ਦਾ ਫੋਟੋਆਂ ਤੇ ਉਹ, ਹੈ ਨਾ। ਤੇ ਕਬੂਤਰ ਸੀਗਾ ਜੀ ਉਹ, ਚਿੱਟੀਆਂ ਅੱਖਾਂ, ਕਾਲੀ ਨੋਕ ਤੇ ਸਿਰ 'ਚ ਲਾਲ ਛਿੱਟ ਸੀ ਉਹਦੇ, ਮਾੜੇ ਮਾੜੇ ਮਾਮੂਲੀ ਜੇ। ਅਤੇ ਸਿਲਵਰ ਦੀ ਠੱਲ ਪਾਈ ਸੀ ਉਹਦੇ, 226 ਨੰਬਰ। ਅਤੇ ਇੱਕ ਮਿੰਟ ਤੁਹਾਨੂੰ ਫੋਟੋਆਂ ਦਿਖਾਉਣੇ ਇਹਨਾਂ ਕਬੂਤਰ ਨਾਲ ਸੱਚ ਆਪਾਂ, ਨਹੀਂ ਕਬੂਤਰ ਵਾਕਈ ਬਹੁਤ ਡਾਵਾ ਸੀ ਕਬੂਤਰ। ਮੰਨ ਕੇ ਚੱਲ ਵੀ ਯਾਰ, ਪਹਿਲੀ ਗੱਲ ਤਾਂ ਗਰਮੀ 'ਚ, ਇੰਨੀ ਗਰਮੀ 'ਚ ਸਾਰਾ ਦਿਨ ਗਾਲਤਾ ਕਬੂਤਰ ਨੇ ਆ ਕੇ। ਦੂਜੀ ਸਭ ਤੋਂ ਮੇਨ ਗੱਲ ਵੀ 2.5-3 ਸਾਲ ਇਕੱਲਾ ਕਬੂਤਰ ਹੈ ਕੱਸੀ ਦੇ ਯਾਰ, ਕੋਈ ਮਾੜਾ ਕਬੂਤਰ ਰਹਿ ਨਹੀਂ ਸਕਦਾ। ਛਪੈਦੇ 'ਤੇ ਹਰਮਨ ਨੂੰ ਵੀ ਯਾਦ ਹੈ, ਛਪੈ ਉਹਦਾ ਪੱਕਾ ਟਿਕਾਣਾ ਸੀ ਛਪੈਦੇ 'ਤੇ ਬੈਠਣ ਦਾ ਰਾਤ ਨੂੰ, ਮੇਰੇ ਸਾਹਮਣੇ ਸ਼ਾਇਦ ਉਹਨਾਂ ਦਾ ਆਪਣੇ ਕੌਲੇ ਕਿ ਛਪੈਦੇ ਜਿਹੜਾ ਵਾਹਣ 'ਤੇ ਆ, ਅਤੇ ਉਹ ਕਿੱਕਰ 'ਤੇ ਬਹਿ ਜਾਂਦਾ ਸੀਗਾ, ਪਰੜੀ ਤੋਂ ਚੁੱਕਣੇ ਹੁੰਦੇ ਸੀ ਰੋਡ ਉਹਨੇ। ਇਹਦਾ ਪਾਸਵਰਡ ਭੁੱਲ ਗਿਆ ਯਾਰ ਦਮਣੀ ਮੈਂ, ਇਹਦਾ ਇੱਕ ਮਿੰਟ ਖੜੀ, ਪਾਸਵਰਡ ਸੇਵ ਸੀ ਇਹਦੇ 'ਚ ਬਾਬੇ। ਇੱਕ ਮਿੰਟ ਇਹਦੇ ਪਾਸਵਰਡ ਕੱਢ ਲਏ, ਫਿਰ ਤੁਹਾਨੂੰ ਕਰਦੇ ਹਾਂ ਵੀਡੀਓ ਕੰਟੀਨਿਊ। ਲਓ ਵੀ ਖੋਲ ਲਿਆ ਪਾਸਵਰਡ ਇੱਕ ਮਿੰਟ, ਅਤੇ ਤੁਹਾਨੂੰ ਫੋਟੋਆਂ ਕੱਢ ਕੇ ਫਿਰ ਦਿਖਾਉਣੇ ਕਬੂਤਰ ਤੁਹਾਨੂੰ। ਫੜੀ ਮਾੜੀ ਵੀਡੀਓ, ਇੰਟਰਵਿਊ ਚੱਲੀ ਜਾਣ ਦੇ, ਇੰਟਰਵਿਊ ਚੱਲੂ ਦੇਈ ਜਾਵਾਂਗੇ ਆਪਾਂ, ਹੈ ਨਾ। ਸੱਚੀਆਂ ਗੱਲਾਂ ਯਾਰ, ਹੈ ਨਾ, ਕੋਈ 1% ਵੀ ਗੱਪ ਨਹੀਂ ਇਹ ਚੀਜ਼ 'ਚ। ਨਹੀਂ ਸੱਚੀ ਗੱਲ ਹੈ ਵੀ ਐਵੇਂ ਤੁਹਾਨੂੰ ਮੈਂ ਗੱਪ ਮਾਰੀ ਆ ਵਾਂ, ਉਹ ਤਾਂ ਆਪਾਂ ਜੀ ਸਾਡੇ ਦਾਦੇ ਪੜਦਾਦਿਆਂ ਦੇ ਰੱਖੇ ਸੀਗੇ, ਅਤੇ ਉਹਨਾਂ 'ਚ ਇੱਕ ਕਬੂਤਰ ਬਚ ਗਿਆ ਸੀਗਾ, ਅਤੇ ਉਹ ਸਾਡਾ ਖੇਤਾਂ ਵਾਲਾ ਬਣ ਗਿਆ, ਹੈ ਨਾ। ਕਿਉਂ ਗੱਪ ਮਾਰ ਗਈ ਬਈ, ਹੈ ਨਾ, ਜਦੋਂ ਬਾਹਰੋਂ ਆਇਆ ਸੀ ਕਬੂਤਰ ਯਾਰ, ਜਿਹੜਾ ਆਪਣਾ ਹੈ ਹੀ ਨਹੀਂ ਸੀ ਕਬੂਤਰ, ਉਹਨਾਂ ਨੂੰ ਕਿਉਂ ਆਪਦਾ ਆਖੇ। ਅਤੇ ਬਾਕੀ ਜਿਹੜਾ ਸ਼ਾਖ ਹੈ ਉਹ ਆਪਣੇ ਘਰ ਦਾ ਪੱਠਾ, ਉਹ ਇਹਨਾਂ ਹੱਥੀ ਪਾਲਿਆ ਹੋਇਆ ਛੋਲੇ, ਬਾਕੀ ਇਹ ਵੀਡੀਓ ਅੱਡ ਵੀ ਉਹਦੀ ਬੜੀ ਤਕੜੀ ਹੈ, ਉਹਦੀ ਅੱਡ ਲਾਵਾਂ ਇਹ, ਉਹਦੀ ਅੱਡ ਵੀਡੀਓ ਹੈ, ਉਹ ਆਪਣੇ ਕੋਲ ਸ਼ਾਖ ਹੈ, ਵੱਡਾ ਸ਼ਾਖ ਹੈ, ਬੈਠਾ ਵੀ ਹੈ, ਅਤੇ ਉਹਦੀ ਹਿਸਟਰੀ ਬੜੀ ਤਕੜੀ ਹੈ। ਉਹ ਘਰੇ ਕਢਾਇਆ ਸੀ ਪੱਠਾ ਆਪਣਾ, ਹੈ ਨਾ, ਜਿਹਦੇ ਤੁਹਾਨੂੰ ਦੱਸਿਆ ਵੀ ਸਾਰੇ ਸ਼ਾਖ ਖੇਦੇ ਆਪਣੇ ਕੋਲ ਮੇਨ, ਖੇਤਾਂ ਦੇ ਤਾਂ ਬਹੁਤ ਘੱਟ ਬੱਚੇ, ਉਹ ਤਾਂ ਕਢਾਏ ਨਹੀਂ ਗਏ, ਉਹ ਮਰ ਗਿਆ ਨਾ ਤਾਂ ਕਰਕੇ, ਉਹ ਸੱਚ ਮਰਿਆ ਉਹ ਦੱਸਣੀ ਭੁੱਲ ਗਿਆ ਗੱਲ, ਹੈ ਨਾ, ਉਹ ਵੀ ਤੁਹਾਨੂੰ ਦੱਸਦਾ ਮੈਂ ਨਾਲ ਨਾਲ। ਜੇ ਉਹ ਹੁੰਦਾ ਅੱਜ ਨਾਲ ਬੈਠਾ ਹੁੰਦਾ, ਜੇ ਹੁੰਦਾ ਉਹ ਇੱਥੇ ਪਿੰਜਰੇ 'ਚ ਬਾਗ ਰੱਖੀ ਪਈ ਹੁੰਦੀ, ਹਾਂ ਫਿਰ ਪੂਰਾ ਦੱਸ ਦੇ। ਅਗਡਾ ਲਮਾ ਕਬੂਤਰ ਸੀ, ਅਗਡਾ ਲਮਾ ਗੱਪ ਨਹੀਂ ਮਾਰਦਾ, ਅਗਡਾ ਲਮਾ ਕਬੂਤਰ ਨਹੀਂ ਵੇਖਾ ਮੈਂ, ਜਿੱਡਾ ਉਹ ਸੀਗਾ ਭੈਣ ਦਾ ਰਹਿੰਦਾ ਯਾਰ। ਠੀਕ ਹੈ ਠੀਕ, ਜਮਾਂ ਲੋਆਂ ਵਾਲਾ ਹੀ ਸੀਗਾ ਨਿਹਰਾ, ਬਹੁਤ ਬੜਾ ਸੀਗਾ, ਸਿਰਾ 'ਚ ਹੀ ਸੀਗੀ ਉਹ। ਪਹਿਲਾਂ ਤਾਂ ਰਿਹਾ ਆਪਣੇ ਉੱਧਰ ਤਾਂ ਵਾਲੇ ਖੁੱਡੇ 'ਚ, ਉਹ ਕੋਠੇ 'ਤੇ ਪਰੇ, ਕੋਠੇ 'ਤੇ ਖੁੱਡਾ ਪਰੇ ਹੁੰਦੇ ਪਰਲੇ ਛੱਡ, ਉਦੋਂ ਤੂੰ ਪਾਇਆ ਸੀ ਨਾ ਲੱਗ ਕੇ ਨਹੀਂ, ਉਹ ਮੈਂ ਨਹੀਂ ਪਾਇਆ ਸੀ, ਮੈਨੂੰ ਪਤਾ ਵੀ ਉੱਥੇ ਪਾਇਆ, ਉੱਥੇ ਪਾਇਆ ਸੀ ਉਹ, ਉਹ ਤੂੰ ਇੱਥੇ ਪਾਇਆ ਸੀ ਖੁੱਡਾ, ਹੈ ਨਾ, ਇੱਥੇ ਆਪਾਂ ਇੱਥੇ ਵੀ ਰਿਹਾ, ਮੈਨੂੰ ਤਾਂ ਲੱਗਦਾ ਯਾਰ ਖੇਤਾਂ ਵਾਲਾ ਸ਼ਾਇਦ ਯਾਰ, ਕਬੂਤਰ ਕਿਹੜਾ ਕੋਈ ਦਿੰਦਾ ਵਿੰਗਾ ਟੇਢਾ ਜਿਵੇਂ ਕੁਛ, ਉਹ ਗੱਲਾਂ ਹੈਗੀਆਂ ਜੀ ਅੱਜ ਤੋਂ ਉਹੀ ਵੀ, ਉਹ ਹੈਗਾ 2012-13 ਦੀਆਂ ਗੱਲਾਂ, ਹਾਂ 12-13 ਦੀ ਗੱਲ ਯਾਰ, 12-13 ਦੀਆਂ ਗੱਲਾਂ, ਤੇ ਅੱਜ 2024 ਚੱਲੀ ਜਾਂਦਾ, ਨਿਗੇ ਨਿਗੇ ਹੁੰਦੇ ਜਦੋਂ ਤੋਂ ਇਹਨਾਂ 'ਚ ਪਏ ਆ, ਠੀਕ ਹੈ। ਅਤੇ ਤੁਸੀਂ ਕਹਿ ਦਿੰਦੇ ਹੋ ਵੀ ਬਈ ਜਗਸੀਰ ਹੈ ਕਲਚਰਾਣੀ ਵਾਲਾ, ਅਤੇ ਇੱਕ ਮਿੰਟ ਫੋਨ ਚੱਕ ਲਈ ਯਾਰ ਬਈ, ਫੋਨ ਵੀ ਚੱਕਣੇ ਜ਼ਰੂਰੀ ਹੈ। ਲਓ ਜੀ ਆ ਫੜੀ, ਇਹ ਆਪਣੇ ਮਿੱਤਰ ਦਾ ਫੋਨ ਹੈਗਾ ਸੀਗਾ ਯਾਰ, ਇੱਥੇ ਜਗਸੀਰ ਦਾ, ਕਲਚਰਾਣੀ ਵਾਲੇ ਦਾ, ਊਂ ਅਸੀਂ ਅਨਨੋਨ ਨੰਬਰ ਤਾਂ ਬਹੁਤ ਘੱਟ ਚੱਕਦੇ ਹੁੰਦੇ ਹੈਗੇ, ਅਤੇ ਇਹੋ ਜਿਹੀ ਕੋਈ ਗੱਲ ਨਹੀਂ, ਵਿਹਲੇ ਹੁੰਦੇ ਚੱਕ ਵੀ ਲੈਂਦੇ, ਦੋ ਵੀ ਜਦੋਂ ਮਰਨ ਹੋਇਆ ਪਿਆ ਹੁੰਦਾ ਸਾਡਾ ਵੀ ਦਿਨ ਹੀ ਟੱਪਦਾ ਹੁੰਦਾ, ਉਦੋਂ ਚੱਕਣਾ ਹੀ ਪੈਂਦਾ ਸਾਨੂੰ। ਅਤੇ ਹੁਣ ਵੀਡੀਓ ਕੱਟਣੀ ਪਈ ਸਪੈਸ਼ਲ, ਦੇਖੋ ਇੰਟਰਵਿਊ ਟਾਈਪ ਵੀਡੀਓ ਕੱਟ ਕੇ ਜੀ, ਫੋਨ ਪਰ ਚੱਕਣਾ ਜ਼ਰੂਰੀ ਹੈ, ਹੈ ਨਾ। ਅਤੇ ਪਰ ਇਹਨੇ ਤਾਂ ਕਹਿੰਦਾ ਵੀ ਕੱਲ੍ਹ ਨੂੰ ਕੋਈ ਪ੍ਰੋਗਰਾਮ ਬਣਾ ਕੇ ਬੈਠਣ ਬੂਠਣ ਦਾ, ਮੈਂ ਵੀ ਬਣਾ ਲਾਂ, ਕਿਹੜੀ ਗੱਲ ਹੈ ਕਿ ਨਹੀਂ, ਇਕੱਠੇ ਭਰਾ ਬਹਿ ਜੀਗੇ। ਹਾਂ ਆ ਯਾਰ ਦਮਣੀ ਪਾਸਵਰਡ ਸੀਗਾ ਇਹਦਾ, ਹੁਣ ਤਾਂ ਕੱਢ ਕਿਹੜਾ, ਇੱਕ ਮਿੰਟ ਥੱਲੇ ਲਿਖ ਲਾਂਗਾ, ਹਾਂ ਖੁੱਲ ਗਿਆ। ਅਤੇ ਗੱਲ ਕਿੱਥੇ ਕੁ ਜਾ ਰਹੀ ਸੀ ਆਪਣੀ, ਉਹ ਆਪਾਂ ਤਾਂ ਗੱਲਾਂ ਕਰਦੇ ਹੁਣ ਕਰ ਲਾਗੇ ਵੇਚ ਦਿਓ, ਆਪਣੀ ਪੁਰਾਣੀਆਂ ਥੋੜੀ ਗਈਆਂ ਜਿਹੜੇ ਖੁੱਡੇ ਖਾਡੇ ਆਪਾਂ ਪਾਏ ਸੀਗੇ ਪੁਰਾਣਾ। ਅੱਛਾ ਅੱਛਾ ਅੱਛਾ, ਠੀਕ ਹੈ ਠੀਕ ਹੈ ਠੀਕ ਹੈ, ਉਹ ਤਾਂ ਸਾਰਾ ਇੱਕ ਬੜੀ ਵੱਡੀ ਵੀਡੀਓ ਜਾਊ। ਹਾਂ ਉਹ ਵੀ ਕਿੱਥੋਂ ਕੰਮ ਕੀ ਸਟਾਰਟ ਕਰਿਆ ਸੀਗਾ, ਵੀ ਕੀ ਚੱਕਰ ਸੀਗਾ, 2012 ਤੋਂ ਕੰਮ ਸਟਾਰਟ ਹੋਇਆ ਸੀ। ਹਾਂ ਮੇਰਾ ਜਿੱਥੋਂ ਮੈਂ ਤਾਂ ਆਤਾ ਤੁਹਾਨੂੰ, ਸਭ ਤੋਂ ਪਹਿਲਾ ਕਬੂਤਰ ਨਹੀਂ ਬਈ, ਖੋਲੀ ਵਾਲਾ ਕਬੂਤਰ ਬਾਅਦ ਆਇਆ, ਇਹ ਗੱਲ ਉਦੋਂ ਵੀ ਪੁਰਾਣੀ ਹੈ। ਸਭ ਤੋਂ ਪਹਿਲਾਂ ਕਬੂਤਰ ਘਰੇ ਡਿੱਗਿਆ ਸੀ ਆ ਕੇ ਸਾਡੇ, ਉਹ ਤੋਂ ਜਮਾਂ ਨਹੀਂ ਸੂਹ ਹੁੰਦੀ ਸੀਗੀ, ਉਹ ਤੁਹਾਨੂੰ ਵੀ
ਉਹ ਹੁਣ ਤਾਂ ਅਗਲੀ ਇੰਟਰਵਿਊ ਜੋ ਆਪਾਂ ਕਰਾਂਗੇ ਤੇ ਉਹ ਚ ਦੱਸਾਂਗੇ ਸਾਰਾ, ਉਹ ਉਹਦੇ ਹੀ ਦੱਸਾਂਗੇ। ਹਾਂ ਹਜੇ ਸ਼ਾਖੇ ਦੀ ਬਣੂਗੀ, ਇਸ ਤੋਂ ਬਾਅਦ ਹਜੇ ਫਿਰ ਬਣੂਗੀ ਸਾਰੀ ਲਾਈਫ ਟਾਈਮ ਦੀ ਬਣੂ, ਫਿਰ ਤਾਂ ਲਾਈਫ ਟਾਈਮ ਦੀ ਬਣ ਜੂ ਫਿਰ। ਹਾਂ ਲਾਈਫ ਟਾਈਮ ਦੀ ਬਣਾਵਾਂਗੇ, ਪਰ ਵੀ ਕਿੱਥੇ ਕੀ ਧੋਖੇ ਹੋਏ, ਕੀ ਕੀ ਧੜੀਆਂ ਹੋਈ, ਬਹੁਤ ਕੁਛ ਕੀਤਾ ਬਈ। ਹਾਂ ਕੀ ਕੀ ਦੱਸ ਗਏ ਸੀ, ਕਿੱਥੋਂ ਕਿੱਥੋਂ ਕਿਹਦੇ ਕਿਹਦੇ। ਗੱਲ ਮੁੱਕਦੀ ਇੱਥੇ ਆ ਯਾਰ, ਜਿਹੜੇ ਬੰਦਿਆਂ ਕੋਲ ਅਸੀਂ ਕਬੂਤਰ ਲੈਣ ਜਾਂਦੇ ਹੁੰਦੇ ਸੀ ਉਦੋਂ ਵੀ ਬਾਈ ਸਾਨੂੰ ਕਬੂਤਰ ਦੇ ਦੇ, ਜੋ ਬੰਦਾ ਮਿਹਨਤ ਕਢਾ ਕੇ ਤੇ ਦਰੰਗ ਵਾਲਾ ਬਿਮਾਰੀ ਵਾਲਾ ਦਿੰਦੇ ਮਸਾਂ, ਉਹ ਵੀ ਪੈਰੀ ਹੱਥ ਲਵਾਉਣ ਤੱਕ ਜਾਂਦੇ ਸੀ ਵਾਲਾ। ਹਾਂ ਅਸੀਂ ਸਾਰਾ ਦਿਨ ਮਗਰ ਤੁਰੇ ਫਿਰਦੇ ਉਹਨਾਂ ਦੇ, ਚੌਂਕ ਵਾਲਾ ਹੁੰਦਾ ਸੀ, ਚਾਹ ਵਾਲਾ ਹੁੰਦਾ ਸੀ। ਹੁਣ ਉਹੀ ਬੰਦੇ ਇੱਥੇ ਆ ਕੇ ਕਹਿੰਦੇ ਆ ਬਾਈ ਕੋਈ ਕਬੂਤਰ ਵਿਹਲਾ ਬੈਠਾ ਤਾਂ ਦੇ ਦੇ। ਟਾਈਮ ਟਾਈਮ ਦੀ ਗੱਲ ਹੈ ਮੇਰੇ ਵੀਰੋ, ਇਹ ਸਮੇਂ 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 ਦੀ ਗੱਲ ਹੈ ਇਹ, ਹੈ ਪਰ ਕੋਈ ਐਡੇ ਸੀ ਵੱਡੇ ਮਹਾਨ ਨਹੀਂ ਹੋ ਗਏ ਸੀ ਆਹ ਗੱਲ ਨਾਲ ਨਹੀਂ, ਪਰ ਉਹ ਟਾਈਮ ਵੀ ਸੀਗਾ ਜਦੋਂ ਅਸੀਂ ਕਹਿੰਦੇ ਸੀ ਬਾਈ ਯਾਰ ਕੁਛ ਹੀ ਕਰ ਸਾਨੂੰ ਇੱਕ ਕਬੂਤਰ ਦੇ। ਉਦੋਂ ਵਾਲਾ ਦਰੰਗ ਵਾਲਾ ਕਬੂਤਰ ਦੇਣ ਤੋਂ ਵੀ ਆਖਦੇ ਯਾਰ ਮੇਰਾ ਤਾਂ ਰੱਖਿਆ ਤੇ ਮੇਰਾ ਤਾਂ ਰੰਗ ਲਾ ਗਿਆ ਬਰਾ। ਹਾਂ ਗੋਲਾ ਬਥੇਰਾ ਕੁਛ ਕਰਿਆ ਹੈ ਆ। ਥਿਆ ਗਈ ਵੀ ਇੱਕ ਖੇਤਾਂ ਦੀ ਥਿਆ ਗਈ ਤੁਹਾਨੂੰ, ਬਾਕੀ ਮੇਰੇ ਖਿਆਲ ਨਾਲ ਯਾਰ ਵੀ ਉਹਦਾ ਵੀਡੀਓ ਯਾਰ ਨਾ ਤੰਗਾ ਸੀਗਾ ਇੱਕ ਮਿੰਟ ਸਾਨੂੰ, ਮੈਂ ਤੇਰੇ ਤੋਂ ਕਲੀਅਰ ਕਰਦਾ ਪਹਿਲਾਂ। ਫਿਰ ਉਹ ਘਰੇ ਲਿਆਂਦਾ ਸੀ ਇੱਕ ਬੱਚਾ ਸੀ ਕਢਾਇਆ ਵੀ ਤਾਂ ਵਾਲੇ ਖੁੱਡੇ 'ਚ ਉਹਦਾ ਜਿਹੜਾ ਕੋਠੇ ਦੇ ਖੁੱਡਾ ਸੀ ਉਹਦਾ ਵਿੱਚ ਫੋਟੋ ਮੈਂ ਐਡ ਕਰ ਸਕਦਾ ਮੈਂ। ਇੱਕ ਖੁੱਡਾ ਕਢਾ ਬੱਚਾ ਕਢਾਇਆ ਉੱਥੇ ਅਸੀਂ ਲਾਲ ਚੀਨਾ, ਇੱਕ ਬੱਚਾ ਫਿਰ ਕਢਾਇਆ ਸੀ ਬਾਈ ਗੋਰੇ ਵਾਲੀ ਕੂਤਰੀ ਨਾਲ ਲਾ ਕੇ ਆਪਣਾ ਲਾਲ ਚੀਨਾ, ਉਹ ਵੀ ਬੱਚੇ ਉਹ ਇੱਕੋ ਜਿਹੇ ਕੱਢਦਾ ਉਹਦੇ ਬੱਚਿਆਂ ਦੀ ਪਛਾਣ ਵੱਖਰੀ ਹੈ ਜਮਾਂ, ਠੀਕ ਹੈ। ਅਤੇ ਉਦੋਂ ਬਾਅਦ ਵੀ ਕਬੂਤਰ ਗਿਆ ਮਾਰੋ, ਮਰਨ ਦਾ ਕਾਰਨ ਵੀ ਲਗਵਾ ਪੈ ਗਿਆ ਸੀ ਕਬੂਤਰ ਨੂੰ ਆਪਣੇ, ਵਾਇਰਸ ਆ ਗਿਆ ਸੀਗਾ। ਉਸ ਨੂੰ ਮੈਂ ਇੱਕ ਮਿੰਟ ਡੇਟ ਦੇ ਕੇ ਦੱਸੀ ਜਾਂਦਾ ਵੀ ਭਾਲੀ ਜਾਂਦਾ ਵੀ ਕਿੱਥੋਂ ਕੰਮ ਵਧਿਆ ਸੀ ਵਾਇਰਸ ਵਾਲਾ, ਹੈ ਨਾ। ਅਤੇ ਉਦੋਂ ਕਾਫੀ ਕਬੂਤਰ ਮਰ ਗਏ ਸੀਗੇ ਆਪਣੇ ਬਈ ਉਹ ਚੀਜ਼ 'ਚ। ਹਾਂ ਉਹ ਆਹ ਪੰਗਾ ਵੀਡੀਓ ਯਾਰ ਖੜ ਜਾ, ਇਸ ਨੂੰ ਦੱਸਾਂ ਮੈਂ ਕਦੋਂ ਦੀ ਗੱਲ ਹੈ, ਇਹ 2022 ਦੀ ਗੱਲ ਹੋਣੀ ਚਾਹੀਦੀ ਯਾਰ। 2022 ਖੜ ਜਾ ਦਵਨੀ ਇੱਥੇ ਕਿੱਥੇ ਲਿਖਿਆ ਹੁੰਦਾ ਹੈ ਡਿਟੇਲ ਜਿਹਾ ਉਹਦਾ, 2621 ਦੀ ਗੱਲ ਆ ਬਈ 2000। ਆ ਜਾ ਦਿਖਾ ਕੇ ਬ੍ਰਾਈਟਨੈਸ ਵਧਾ ਲੈ 2000 ਆ ਵੀਡੀਓ ਦਾ, ਆ ਦੇਖ ਵੀਡੀਓ 6/26/2021 ਜਦੋਂ ਕਬੂਤਰਾਂ ਨੂੰ 27 ਮਿੰਟ ਦੀ ਫੋਟੋ, ਜਦੋਂ ਕਬੂਤਰਾਂ ਨੂੰ ਲਗਵਾ ਹੋਇਆ, ਸਾਰਿਆਂ ਨੂੰ ਲਗਵਾਇਆ ਸੀ, ਕੋਈ ਇਹੋ ਜਿਹੀ ਗੱਲ ਨਹੀਂ, ਕੋਈ ਭਾਵੇਂ ਨਹੀਂ ਕੋਈ ਹੋਰ ਵੀਡੀਓ ਨਾ ਨਿਕਲਿਆ ਵੀ ਕੋਈ ਉਹੋ ਜਿਹੀ, ਖੇਤਾਂ ਦੀ ਆਪ ਹੀ ਵਿਚਾਰੇ ਦੀ ਮਰੇ ਦੀ ਫੋਟੋ ਆ ਸੀਗਾ। ਕਬੂਤਰ ਵੇਖ ਤੂੰ ਸਾਈਜ਼ ਵੇਖ ਕਬੂਤਰ ਦਾ ਯਾਰ, ਖੜ ਜਾ ਇਹਦੇ, ਮੈਂ ਘਰ ਵਾਲੀ ਠੱਲ ਪਾ ਦੀ ਸੀ ਆਪਣੇ ਮੈਨੂੰ ਲੱਗਦਾ। ਇੱਕ ਮਿੰਟ ਵਿਖਾਵਾਂ ਮੈਂ ਇਹ ਕਦੋਂ ਦੀ ਗੱਲ ਹੈ ਡਿਟੇਲ 'ਚ, 21 ਦੀ ਹੋਊਗੀ ਇਹ ਵੀ। ਹਾਂ 21 ਆ ਦੇਖ, 7/6/2021 ਇੰਨੇ ਇੰਨੇ 'ਤੇ ਫੋਟੋ ਖਿੱਚੀ ਹੈ ਵੇ। 2021 'ਚ ਇਹ ਮਰ ਗਿਆ ਸੀ ਆਹ ਦਿਨ, ਆਹ ਕਿਹੜਾ ਦਿਨ ਸੀਗਾ ਇਹ ਆਪਣੇ ਕਿੰਨੇ, ਸੱਤ ਤਰੀਕ ਨੂੰ 6ਵੇਂ ਮਹੀਨੇ ਦੀ ਨੂੰ, 6ਵੇਂ ਮਹੀਨੇ ਦੀ ਨੂੰ ਇਹ ਕਬੂਤਰ ਮਰ ਗਿਆ ਸੀਗਾ ਆਪਣੇ ਖੇਤਾਂ। ਅਤੇ ਇੱਕ ਮਿੰਟ ਰੁਕੋ, ਸਾਨੂੰ ਮੈਂ ਇਹਦੀਆਂ ਤੁਹਾਨੂੰ ਦਿਖਾਉਣਾ ਕੱਢ ਕੇ ਮਾਜੀ ਵੀਡੀਓ। ਉਦੋਂ ਤਾਂ ਸਾਰੇ ਕਬੂਤਰੀ ਰਗੜ ਗਏ ਸੀ ਆਪਣੇ, ਉਦੋਂ ਤਾਂ ਵੀ ਮੰਨ ਕੇ ਚੱਲ ਵੀ ਨਾ ਵੀ ਤੁਹਾਨੂੰ ਮੈਂ ਵੀਡੀਓ ਦਿਖਾਵਾਂ ਜੀ, ਖੜ੍ਹਦਾ ਐਡ ਕਰਾਂ ਵੀ ਕੀ ਹਾਲ ਹੋਏ ਸੀ ਕਬੂਤਰਾਂ ਦਾ। ਤੁਸੀਂ ਆਖੋਗੇ ਯਾਰ ਵੀ ਉਹਦਾ ਆਹ ਦੇਖ ਲਾ ਕੀ ਹਾਲ ਸੀਗਾ ਕਬੂਤਰਾਂ ਦਾ, ਉਦੋਂ ਸਾਰੇ ਦੇਖ ਬਈ ਲਗਵੇ ਵਾਲੇ ਵੇਖ ਕਿਵੇਂ ਝੋਲਾ ਲਗਵਾ ਧੌਣਾ ਟੇਢੀਆਂ ਕਬੂਤਰਾਂ ਦੀਆਂ ਵੇਖ ਕੀ ਹਾਲ ਹੋਏ ਸੀ ਸਾਰੇ ਸਾਰੇ ਬਈ। ਉਦੋਂ ਨਾ ਖੁੱਡੇ ਵਿਹਲੇ ਕਰਦੇ ਸੀ ਮੈਂ 2021 'ਚ ਸਾਰੇ, ਘਰੇ ਦੋ ਕੁੱਡੇ ਸੀਗੇ ਤੇ ਜਦੋਂ ਬਈ ਪਹਿਲਾਂ ਇੱਕ ਮਰਿਆ, ਸਭ ਤੋਂ ਪਹਿਲਾਂ ਮਰਿਆ ਨਹੀਂ, ਸਭ ਤੋਂ ਪਹਿਲਾਂ ਹੋਈ ਦਰੰਗ ਖੇਤਾਂ ਦੇ ਪੱਠੇ ਨੂੰ ਲਾਲ ਚੀਨੇ ਨੂੰ, ਠੀਕ ਹੈ। ਅਤੇ ਖੇਤਾਂ ਵਾਲੇ ਪੱਠੇ ਆ ਜਿਹੜੇ ਉਹ ਇਦੋਂ ਅਗਲੀ ਵੀਡੀਓ 'ਚ ਵਿਖਾਵਾਂਗੇ, ਠੀਕ ਆ। ਹੁਣ ਆਹ ਵੀਡੀਓ ਜ਼ਿਆਦਾ ਲੰਬੀ ਹੋ ਜੂਗੀ, ਦੋਵੇਂ ਪੱਠੇ ਅਤੇ ਉਹਨਾਂ ਦੇ ਗਾਹਾਂ ਬੱਚੇ ਜਿੰਨੇ ਵੀ ਉਹ ਇਦੋਂ ਅਗਲੀ ਵੀਡੀਓ 'ਚ ਡਿਟੇਲ ਨਾਲ ਦਿਖਾਵਾਂਗੇ। ਅਤੇ ਉਹ ਜਦੋਂ ਬਿਮਾਰੀ ਪੈ ਗਈ ਅਤੇ ਕਿਹਾ ਤਾਂ ਮੈਂ ਗੌਲੀ ਨਾ ਮਹਾਂ ਵੀ ਕੋਈ ਨਾ ਮਰਨ ਦੇ ਬਈ, ਜਦੋਂ ਪੈ ਗਈ ਨਾ ਵੱਡੇ ਕਬੂਤਰਾਂ ਨੂੰ ਫਿਰ ਚੀਕ ਨਿਕਲ ਗਈ, ਮੈਂ ਮਾਰੇ ਗਏ ਉਹ ਭੈਣ ਦੇ ਨੇ। ਖੇਤਾਂ ਵਾਲਾ ਗਿਆ ਵੱਡਾ, ਪੀਲੀਆਂ ਵਾਲਾ ਲਾਲ ਚੀਨਾ ਗਿਆ, ਪੀਲੀ ਕਾਲੀ ਦੀ ਕਬੂਤਰੀ ਗਈ ਅਤੇ ਆਪਣੀ ਕਾਲੀ ਦੀ ਮਾਂ ਰੱਤੀ ਵੀ ਗਈ ਅਤੇ ਕਈ ਕਬੂਤਰ ਵੱਡੇ ਮਰ ਗਏ। ਸਿਰਫ ਅਤੇ ਸਿਰਫ ਗਿਣਵੇਂ 24 ਕਬੂਤਰ ਹੈਗੇ ਸੀ ਆਪਣੇ ਕੋਲ, ਸਿਰਫ 24 ਕਬੂਤਰ, ਅਤੇ ਉਹ ਬਾਬੇ ਘਰੇ ਛੱਡਿਆ ਦੇ ਆਪਾਂ ਮੇਜਰ ਕੋਲ ਸਾਰੇ, ਫਿਰ 24 ਦੇ 24 ਘਰੇ ਲਿਆਉਂਦੇ ਉਹ 2021 'ਚ, ਸ਼ਾਇਦ 2021 'ਚ ਹੀ ਬਿਮਾਰੀ ਆਈ, 2022 ਨੂੰ ਫਿਰ ਉੱਠ ਕੇ ਕਾਇਮ ਪੂਰੇ ਫੁੱਲ ਉੱਡੇ ਅਤੇ ਉਦੋਂ ਬਾਅਦ ਫਿਰ ਬਈ ਦਿਨ ਸਿੱਧੇ ਹੁਣ ਜਦੋਂ ਤੁਹਾਡੇ ਸਾਹਮਣੇ ਆ ਰਹੇ ਹੈ। ਓਕੇ ਨਾ ਰਿਪੋਰਟਾਂ ਜਮਾਂ ਓਕੇ, ਅਤੇ ਹੁਣ 2024 ਚੱਲੀ ਜਾਂਦਾ ਇਹ ਮੰਨ ਕੇ ਚੱਲੋ ਵੀ ਆਹ ਖੇਤਾਂ ਵਾਲੀ ਕੁਤਰੀ ਸਾਰੀ ਹਿਸਟਰੀ ਸੀ, ਕਿੱਥੋਂ ਆਇਆ ਕਿਵੇਂ ਫੜਿਆ ਕਿੱਥੇ ਰਿਹਾ ਕੀ ਹਿਸਾਬ ਕਿਤਾਬ ਸੀਗਾ ਕੀ ਚੱਕਰ ਸੀ ਸਾਰਾ, ਹਾਂ ਸਾਰਾ ਕੁਛ ਦੱਸਦਾ। ਅਤੇ ਜਦੋਂ ਮਰਿਆ ਸਾਨੂੰ ਉਹ ਵੀ ਦਿਖਾਤਾ, ਲਗਭਗ 2014 'ਚ ਫੜਿਆ ਹੋਊ, 15 'ਚ ਅਤੇ 2021 'ਚ ਉਹ ਕਬੂਤਰ ਮਰ ਗਿਆ ਆਪਣੇ ਕੋਲ ਆ ਕੇ।
ਪਰ ਕਬੂਤਰ ਅੱਜ ਵੀ ਯਾਦ ਇਹੋ ਜਿਹਾ ਭੈੜਾ ਕਬੂਤਰ ਮੈਂ ਨਹੀਂ ਦੇਖਿਆ ਹੁਣ ਰੱਬ ਜਾਣੇ ਕਿਹਦਾ ਸੀ ਕਿੱਥੋਂ ਆਇਆ ਸੀ ਬਈ ਸਾਨੂੰ ਕੁਛ ਨਹੀਂ ਪਤਾ ਕਬੂਤਰ ਠੀਕ ਹੈ ਕਿ ਨਹੀਂ ਹਾਂ ਖੇਤਾਂ ਦਾ ਪੱਠਾ ਇੱਕ ਸ਼ਾਇਦ ਬੈਠਾ ਹੀ ਹੋਏ ਉਹ ਪੱਠੇ ਦਾ ਪੱਠਾ ਤੁਹਾਨੂੰ ਦਿਖਾ ਦੇਗੇ ਚੂ ਮਾਰ ਕੇ ਉਹ ਬੈਠਾ ਕਿਹੜਾ ਉਹ ਲਾਲਚੀ ਨਾ ਉਹ ਜਿਹੜੀ ਕੰਨੀ ਤਰੀ ਮਿੱਟੀ ਕੂਦਰੀ ਉਦੋਂ ਅਗਲਾ ਪਾਸੇ ਲਾਲਚੀ ਨਾ ਨਹੀਂ ਬੜੇ ਚਿੱਟਕਾ ਅੱਖਾਂ ਦਾ ਹਾਂ ਬੈਠਾ ਸਾਹਮਣੇ ਉਹ ਖੇਤਾਂ ਦੇ ਪੱਠੇ ਦਾ ਪੱਠਾ ਉਹ ਇਹ ਆ ਰਿਹਾ ਬਈ ਉਹ ਤੀਜੀ ਪੀੜ੍ਹੀ ਦੇ ਆ ਸਾਹਮਣੇ ਇੱਕ ਮਿੰਟ ਤੁਹਾਨੂੰ ਹੋਰ ਫੋਟੋਆਂ ਹੀ ਦਿਖਾਵਾਂ ਉਹਦਾ ਜੀ ਜਾਉਂ ਦੇ ਦਗਾ ਹੋਣਗਾ ਤਾਂ ਇੱਕ ਮਿੰਟ ਰੋਕ ਕੇ ਦਿਖਾਉਣੇ ਵੀਡੀਓ ਤੁਹਾਨੂੰ ਦਿਖਾਉਣਾ ਦਿਖਾਉਂਦਾ ਸੀਗਾ ਮੈਂ ਕੱਢੀਆਂ ਸੀ ਮੈਂ ਫੋਟੋ ਉਹਦੀਆਂ ਮੈਂ ਕੱਢ ਪਰ ਪੁਰਾਣੀਆਂ 1 ਮਿੰਟ ਬੈਟਰੀ 5% ਰਹਿ ਗਈ ਜੀ ਸਿਰਫ ਹੀ 5% ਸਿਰਫ 5% ਰਹਿ ਗਈ ਛੇਤੀ ਇੱਕ ਇੰਟਰਵਿਊ ਕਰੀਏ ਕੰਪਲੀਟ ਆਪਾਂ ਦਵਾ ਦਵਾ ਤੇ ਬਾਕੀ ਜਿਹੜੀ ਚੀਜ਼ ਰਹਿੰਦੀ ਆਪਾਂ ਵਿੱਚ ਐਡ ਕਰ ਦਾਂਗੇ ਨਹੀਂ ਮੈਂ ਇੱਕ ਮਿੰਟ ਦਿਖਾਉਣਾ ਵੀ ਇਹ ਫਿਰ ਐਡ ਵੀ ਕਰਾਂਗੇ ਹਾਂ ਵੀ ਕਰ ਦਿਖਾ ਵੀ ਦੇ ਮੋਟੀ ਮੋਟੀ ਉਹ ਖੇਤਾਂ ਦਾ ਜਿਹੜੀ ਕੂਤਰੀ ਲੱਗੀ ਸਾਨੂੰ ਉਹ ਵੀ ਦਿਖਾਉਣੇ ਆਪਾਂ ਦਿਖਾ ਪਰ ਛੇਤੀ ਆ ਰਿਹਾ ਨਹੀਂ ਨਹੀਂ ਖੜ ਜਾ ਤਾਂ ਟੂਸਿਆਂ ਵਾਲਾ ਵੱਡਾ ਪੈ ਦੇਣਾ ਯਾਰ ਆ ਰਿਹਾ ਆ ਜਾ ਕਬੂਤਰ ਚੈੱਕ ਕਰੋ ਤੁਸੀਂ ਚਿੱਟੀਆਂ ਅੱਖਾਂ ਸਾਈ ਵਿਖਾਵਾਂ ਕਬੂਤਰ ਦਾ ਦਿਖਾ ਮੇਰੇ ਹੱਥ ਦੀ ਕੀ ਪਹਿਲਾਂ ਕਿੱਡੇ ਕਿੱਡੇ ਆ ਹਾਂ ਐਡੇ ਐਡੇ ਹੱਥ ਹੈ ਮੇਰੇ ਠੀਕ ਹੈ ਤੇ ਇਹ ਹੱਥਾਂ ਇਹ ਹੱਥ ਨਿੱਕੇ ਨਿੱਕੇ ਲੱਗਦੇ ਸੀ ਕਬੂਤਰ ਸਾਹਮਣੇ ਦੇਖੋ ਕਬੂਤਰ ਦੇਖੋ ਨਿੰਗ ਦੇ ਪਰ ਛੇੜਾ ਪਿਆ ਮੇਰੇ ਹੱਥ ਦੇਖੋ ਵੀ ਐਡੇ ਵੱਡੇ ਹੱਥ ਵੀ ਉਹ ਨਿੱਕੇ ਲੱਗਦੇ ਸੀ ਕਬੂਤਰ ਸਾਹਮਣੇ ਖੜ ਦੇ ਕਦੀ ਹੋਰ ਵੀ ਹੋਵੇ ਤਾਂ ਤੈਨੂੰ ਦਿਖਾਵਾਂ ਮੈਂ ਇਹਦੀ ਆ ਦੇਖ ਇੱਥੋਂ ਪਤਾ ਲੱਗੂ ਤੁਹਾਨੂੰ ਲੰਬਾਈ ਦਾ ਕਬੂਤਰ ਦੀ ਦਾ ਕੀ ਚੀਜ਼ ਸੀ ਕਬੂਤਰ ਚਾਰ ਸਾਲ ਪਹਿਲਾਂ ਦੀ ਫੋਟੋ ਹੈ ਖੇਤਾਂ ਵਾਲੇ ਦੀ ਆਹ ਕਬੂਤਰ ਸੀ ਆਹ ਚੀਜ਼ ਸੀਗੀ ਆਹ ਇਹ ਸਾਰੀਆਂ ਫੋਟੋਆਂ ਐਡ ਕਰਾਂਗੇ ਤੁਹਾਨੂੰ ਡਿਟੇਲ ਚ ਤੁਸੀਂ ਵੇਖਿਓ ਹਾਂ ਵੱਡੇ ਫੂੰਜਿਆਂ ਦਾ ਵੀ ਪੰਗਾ ਆਪਣੇ ਕੋਲੇ ਆਪਣੇ ਪੁਰਾਣੇ ਦਾ ਅੱਛਾ ਆਹ ਕਿਵੇਂ ਵੀ ਪੰਗਾ ਵੱਡੇ ਦਾ ਤੇ ਖੇਤਾਂ ਦਾ ਸ਼ਾਇਦ ਜਿਹੜੀ ਕੂਤਰੀ ਲੱਗੀ ਸੀਗੀ ਉਹ ਆਹ ਕੂਤਰੀ ਸੀਗੀ ਆਹ ਉਰੇ ਆਹ ਕੂਤਰੀ ਸੀ ਖੱਟੀਆਂ ਦੀ ਹਾਂ ਇਹ ਗਗਣੇ ਦੀ ਸੀਗੀ ਕੂਤਰੀ ਤੇ ਆਹ ਕੂਤਰੀ ਵੀ ਗਗਣੇ ਦੀ ਸੀ ਆਹ ਵੱਡੇ ਫੂੰਜਿਆਂ ਨਾਲ ਲੱਗੀ ਸੀ ਗੱਗੇ ਦੀ ਸੀਗੀ ਤੇ ਇਸ ਟਾਈਮ ਤਾਂ ਹੈ ਨਹੀਂ ਇੱਥੇ ਚਲੋ ਠੀਕ ਆ ਵਧੀਆ ਬੋਲ ਚਾਲ ਆਪਣੀ ਇਹੋ ਜਿਹੀ ਕੋਈ ਗੱਲ ਨਹੀਂ ਘੈਂਟ ਆ ਬੰਦਾ ਉਹ ਵੀ ਤੇ ਇਹ ਸੀਗਾ ਵੀ ਸਾਰਾ ਠੀਕ ਆ ਏ ਟੂ ਜ਼ੈਡ ਸਾਰਾ ਕੁਝ ਤੁਹਾਨੂੰ ਦੱਸਤਾ ਕੋਈ ਗੱਲ ਰਹਿ ਤਾਂ ਨਹੀਂ ਕਿ ਵੀ ਦੱਸ ਦੇ ਜੀ ਕੋਈ ਰਹਿੰਦੀ ਗੱਲ ਮੇਰੇ ਹਿਸਾਬ ਨਾਲ ਤਾਂ ਸਾਰੀ ਹੈਗੀ ਕਲੀਅਰ ਇੰਟਰਵਿਊ ਆਪਣੀ ਹੈ ਹਾਂ ਕਿਸੇ ਦੇ ਚੈਨਲ ਤੇ ਨਹੀਂ ਬੈਠੇ ਹਾਂ ਸੰਗੀਏ ਜਾਗੇ ਸੰਗ ਆਪਾਂ ਕਾਦੀ ਆ ਖੁੱਲ ਕੇ ਗੱਲ ਕਰਾਂਗੇ ਆਪਦਾ ਇਹ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਓਕੇ ਰਿਪੋਰਟ ਆ ਗਈ ਬਾਕੀ ਬਾਕੀ ਤੁਹਾਨੂੰ ਐ ਲੱਗਦਾ ਹੁਣ ਵੀ ਜਵਾਕ ਜੇ ਹਨ ਦੇਖਣ ਤਾਂ ਹੀ ਲੱਗਦਾ ਕਿੰਨੀ ਉਮਰ ਲੱਗਦੀ ਹੈ ਮੇਰੀ ਛੋਟੀ ਉਮਰ ਹੀ ਲੱਗਦੀ ਜਾਵਾਂ ਹਾਂ ਹਾਂ ਉਮਰ ਬਹੁਤ ਹੈ ਇਹ ਗੱਲਾਂ ਔਨ ਰਿਕਾਰਡ ਤੁਹਾਨੂੰ 4-4-5-5 ਸਾਲ ਪੁਰਾਣੀਆਂ ਚੀਜ਼ਾਂ ਤੁਹਾਨੂੰ ਔਨ ਰਿਕਾਰਡ ਹੀ ਦਿਖਾ ਪਈਆਂ ਮੈਂ ਹਾਂ ਉਹ ਜਦੋਂ ਜਵਾਕ ਹੁੰਦੇ ਸੀ ਛੇਵੀਂ ਛੂਮੀ ਵੇਲੇ ਦੇ ਉਹ ਹਰ ਵੇਲੇ ਫੋਨ ਨਹੀਂ ਹੁੰਦੇ ਨਹੀਂ ਅਸੀਂ ਤਾਂ ਬਾਹਲਾ ਕੁਛ ਰੱਖਦੇ ਫੋਨ ਹੁੰਦੇ ਵੀ ਸੀਗੇ ਹਾਂ ਤਾਂ ਸੈਮਸੰਗ ਵਾਲਾ ਫੋਨ ਰੀਸੈਟ ਵੱਜਿਆ ਜਿਹੜਾ ਆਪਣਾ J6 ਹਾਂ ਨਿੱਕੇ ਘਰੇ ਸਾਰੀਆਂ ਵੀਡੀਓ ਬਣਾਉਂਦੇ ਸੀ ਜਿਹੜੀਆਂ ਆਪਾਂ ਆਪਣੇ ਪੁਰਾਣੇ ਹੱਥ ਤੇ ਲੱਗੀ ਸੀ ਕੂਦਰੀ ਆਪਣੀ ਉਹ ਟੀਰੀ ਹੋ ਗਈ ਸਾਰੀਆਂ ਉਹ ਸਾਰੀਆਂ ਗੰਗਾ ਪੈ ਜਾਂਦੀਆਂ ਉਦੋਂ ਪਹਿਲਾਂ ਇੱਕ ਮੇਰੇ ਕੋਲ ਨਿਗਾਹ ਜਿਹਾ ਹੁੰਦਾ ਸੀਗਾ ਕਾਲਾ ਜਿਹਾ ਸੈਮਸੰਗ ਦਾ ਚੈਂਪ ਜਿਹਾ ਹਾਂ ਐਡਾ ਹੁੰਦਾ ਸੀ ਇੱਕ ਉਦੋਂ ਪਹਿਲਾਂ ਕਾਰਬਨ ਦਾ ਚਿੱਟਾ ਜਿਹਾ ਉਹ ਆਪਣਾ ਉਹ ਫੋਨ ਦਾ ਬਾਹਲੇ ਸੀ ਉਹ ਗੱਲ ਕਹਿਣਾ ਰਿਵਿਊ ਸੈੱਟ ਵੱਜ ਕੇ ਨਹੀਂ ਪਤਾ ਲੱਗਾ ਬਸ ਜਿਹੜਾ ਕੋਈ ਜ਼ਿਆਦਾ ਰਹਿੰਗਾ ਮਾੜੀਆਂ ਮੋਟੀਆਂ ਉਹ ਤੁਹਾਨੂੰ ਦਿਖਾਈ ਜਾਂਦੇ ਐਂ ਤਾਂ ਇੱਕ ਹਾਂ ਚ ਇੱਕ ਹੋਰ ਫੋਟੋ ਪਈ ਹੈ ਹਟ ਜਾ ਬਈ ਇੱਕ ਫੋਟੋ ਦਿਖਾਉਣੀ ਸਰ ਤੁਹਾਨੂੰ ਇੱਕ ਸਾਨੂੰ ਫੋਟੋ ਇੱਕ ਹੋਰ ਪੁਰਾਣੀ ਯਾਦ ਦਿਖਾ ਦਈਏ ਸਾਡੀ ਬੰਦਾ ਪਛਾਣੋ ਕੌਣ ਹੈ ਬੰਦਾ ਪਛਾਣੋ ਪਹਿਲਾਂ ਕੌਣ ਹੈ ਇਹ ਸ਼ੁਰੂ ਤੋਂ ਇੱਕ ਕਬੂਤਰ ਬਾਜ ਰਹੇ ਆ ਕਹਿੰਦੇ ਸਪਾਈਕੀ ਹੁੰਦੀ ਸੀ ਮੇਰੇ ਇੱਥਾਂ ਐ ਕਰਕੇ ਮੈਂ ਚਲੋ ਖੜੇ ਕਰਕੇ ਰੱਖਦਾ ਹੁੰਦੀ ਹਾਂ ਆਹ ਸੋ ਫੋਟੋ ਬਹੁਤ ਪੁਰਾਣੀ ਹੈ ਫੋਟੋ ਗੇ ਕਰੀ ਖਿੱਚੀ ਸੀ ਫੋਟੋ ਮੇਰੇ ਯਾਦ ਹੈ ਜੀ ਵੀ ਵੱਡੀ ਝਾਲ ਰਲਦੀ ਪਈ ਆਪਣੇ ਕੋਲ ਓਏ ਪਈ ਆ ਇਹ ਸੈਮਸੰਗ ਚ ਖਿੱਚੀ ਸੀ ਇੱਥੇ ਡਿਟੇਲ ਚੇਂਜ ਹੋ ਗਈ ਨੇ ਦੇਖ ਇੱਕ ਮਿੰਟ ਡਿਟੇਲ ਦੇਖੋਗੇ 19 ਦੀ ਫੋਟੋ ਹੈ 2019 ਦੀ ਫੋਟੋ 2019 ਦੀ ਫੋਟੋ ਹੈ ਵੱਡੀ ਝਾਲ ਰਲੀ ਕੂਦਰੀ ਦੀ ਆਪਣੀ ਦੀ ਬਹੁਤ ਪੁਰਾਣੀ ਪੁਰਾਣੀ ਪੁਰਾਣੀਆਂ ਹੁਣ ਤਾਂ ਤੈਨੂੰ ਦੱਸੀ ਤਾਂ ਜਾਣਾ ਤਾਂ ਹੋਣੀ ਮੈਂ ਬਹੁਤ ਪੁਰਾਣਾ ਜਗਾਡਾ ਯਾਰ ਆਪਣੇ ਕੋਲ ਤਾਂ ਫਿਰ ਐਸਾ ਸਾਡੀ ਆ ਕੂਦਰੀ ਸੀ ਕਾਲੀ ਚੀਨੀ ਇਹ 3 ਬਾਈਆਂ ਜਿੱਤੀ ਸੀਗੀ ਲਗਾਤਾਰ ਕਾਲੀ ਚੀਨੀ 3 ਬਾਈਆਂ ਜਿੱਤੀ ਸੀਗੀ ਇਹ ਗੱਗੇ ਗੱਗਾ ਛੱਡਦਾ ਸੀ ਡਾਉਂਦੇ ਨਹੀਂ ਸੀ ਉਹ ਸਾਹ ਆਉਂਦਾ ਹੁੰਦਾ ਸੀਗਾ ਇਹ ਸੀਗੀ ਜੀ ਪਹਿਲਾਂ ਤਾਂ ਛੱਡੀ ਇਹਨੂੰ ਰੁਲਦੂ ਵਾਲੇ ਹਰ ਗਈ ਹਾਂ ਫਿਰ ਕਿੰਗਰੋ ਜਿੱਤੀ 5 ਦਿਨਾਂ ਦੀ ਵਿੱਥੀ ਪਾ ਕੇ ਥਰਾਜ ਵਾਲੀ ਛੱਡੀ ਉੱਥੋਂ ਜਿੱਤੀ 5 ਦਿਨਾਂ ਦੀ ਵਿੱਥੀ ਪਾ ਕੇ ਲਾਲ ਬਾਈ ਛੱਡੀ ਉੱਥੋਂ ਵੀ ਜਿੱਤੀ ਕੂਦਰੀ ਪਰ ਆਪਾਂ ਨੂੰ ਚੱਲ ਮਿਲੀ ਨਹੀਂ ਫੇਰੂ ਮੇਰੂ ਹੋ ਗਏ ਯਾਰ ਐਡਾ ਹੁੰਦਾ ਹੀ ਨਹੀਂ ਕਬੂਤਰਾਂ ਦਾ ਉਹ ਤਾਂ ਆਉਂਦਾ ਕੋਈ ਨਾ ਯਾਰ ਪਹਿਲਾਂ ਤਾਂ ਚਿੱਟਾ ਕਬੂਤਰ ਹੋਵੇ ਸਾਡੇ ਕੋਲ ਤਾਂ ਚਿੱਟਾ ਕਬੂਤਰ ਵੀ ਸਾਨੂੰ ਕਬੂਤਰ ਕੋਈ ਭਾਵੇਂ ਬਿਮਾਰੀ ਦਾ ਭਾਰਾ ਦੇ ਦੇ ਭਾਵੇਂ ਗੰਦ ਦੇ ਦੇ ਸਾਡੇ ਕੋਲ ਕਬੂਤਰ ਅੱਜ ਕੇ ਸਾਨੂੰ ਆਇਆ ਹੁੰਦਾ ਪਹਿਲਾਂ ਆਹ ਦਵਣੀ ਵੀ ਵੇਖ ਲਓ ਦਿਖਾ ਲਿਆ ਚੱਲ ਦਿਖਾ ਦੇ ਆਹ ਸੀ ਉਹਨੂੰ ਬਾਅਦ ਆ ਦੇਖੋ ਬੰਦੇ ਵਜਾਣ ਆ ਦਵਣੀ
ਮੈਂ ਭਾਵੇਂ ਖੁਦਰਾ ਚੈੱਕ ਕਰ ਖੁਦਰਾ ਨਹੀਂ ਹੁੰਦਾ ਭਾਵੇਂ ਸਾਰੀ ਜਵਾਨੀ ਗਾਲਤੀ ਸਾਰੀ ਉਮਰ ਹੀ ਇਹਨਾਂ ਤੇ ਸੈਕਰੀਫਾਈਸ ਹੈ ਸਾਡੀ ਹੈ ਇੱਕ ਹਿਸਾਬ ਤੇ ਇੱਕ ਤੁਹਾਡੀ ਇੱਕ ਅੱਧੀ ਹੋਰ ਵੀਡੀਓ ਦਿਖਾਉਣੀ ਤੁਹਾਨੂੰ ਇੱਕ ਗੱਲ ਹੋਰ ਸੱਚ ਬਈ ਜਿਹੜੇ ਭਰਾ ਕੰਟੈਂਟ ਚੋਰੀ ਕਰਦੇ ਉਹ ਨਾ ਕਰਿਆ ਕਰੋ ਯਾਰ ਚੱਲ ਘਰੀ ਆ ਹੁੰਦੇ ਹੁਣ ਕੀ ਕਹਿ ਸਕਦੇ ਹੈ ਨਾ ਆਪਣਾ ਵਲੋਗਿੰਗ ਚੈਨਲ ਬਣਿਆ ਯੂਟਿਊਬ 'ਤੇ ਕੋਈ ਮਾਣ ਹੰਕਾਰ ਨਾਲ ਨਹੀਂ ਕਹਿੰਦਾ ਮੈਂ ਇਸ ਤੋਂ ਪਹਿਲਾਂ ਇੱਕ ਵੀ ਵਲੋਗਿੰਗ ਚੈਨਲ ਹੁੰਦਾ ਹੋਵੇ ਤਾਂ ਦੱਸ ਦਿਓ ਤੁਸੀਂ ਜਦੋਂ ਆਪਣੇ ਚੈਨਲ ਬਣਨ ਤੋਂ ਪਹਿਲਾਂ ਜੇ ਇੱਕ ਵੀ ਜਿਵੇਂ ਵੀਡੀਓ ਆਪਾਂ ਪਾਉਣਾ ਉਸ ਟਾਈਪ ਦਾ ਵੀਡੀਓ ਨਹੀਂ ਪਾਉਣਾ ਸੀ ਕੋਈ ਵੀ ਨਹੀਂ ਪਾਉਂਦੇ ਉਹ ਬਾਅਦ ਹੁਣ ਦੇਖੋ ਕਿੰਨੇ ਚੈਨਲ ਖੁੱਲ੍ਹ ਗਏ ਇੱਦਾਂ ਦੇ ਉਹ ਵੀ ਜਮਾਂ ਕਾਪੀ ਲਓ ਜੀ ਧਰਤਾ ਜੀ ਲਓ ਜੀ ਇੰਨਾ ਬਾਈ ਬਣੇ ਨਾ ਕਰਿਆ ਕਰੋ ਅੱਜ ਆਪਾਂ ਕਰਦੇ ਹਾਂ ਜੀ ਅੱਜ ਆਹ ਕਰਦੇ ਹਾਂ ਇੰਨਾ ਕਾਪੀ ਨਾ ਮਾਰਿਆ ਕਰੋ ਭਰਾ ਬਣੇ ਚੱਲ ਆਪਾਂ ਤਾਂ ਚੁੱਪ ਬਹਿੰਦੇ ਹਾਂ ਆਪਾਂ ਨੂੰ ਐਂ ਹੁੰਦਾ ਵੀ ਕਿੱਡੀ ਗੱਲ ਆ ਯਾਰ ਸਾਨੂੰ ਕਿਹੜਾ ਵੀ ਸਾਡੀ ਕਿਹੜਾ ਕੋਈ ਰੋਟੀ ਮਰਦੀ ਆ ਹਨਾ ਵੀ ਐਂ ਤਾਂ ਨਹੀਂ ਵੀ ਸਿੱਧੇ ਸਾਰੇ ਚੱਲਦੇ ਹਾਂ ਸਰਦੇ ਵਰਦੇ ਹਾਂ ਸਿੱਧੀ ਜੀ ਗੱਲ ਆ ਪਰ ਚਲੋ ਸਸਤਾ ਸੋਚ ਲੈਣਾ ਵੀ ਯਾਰ ਕਬੂਤਰਬਾਜੀ ਪ੍ਰਮੋਟ ਹੋਣੀ ਚਾਹੀਦੀ ਆ ਬਾਈ ਤੇ ਕੋਸ਼ਿਸ਼ ਹੋ ਜੇ ਹਨਾ ਚੱਲ ਕਰਦੇ ਜਿਹੜਾ ਕਰ ਲੈਂਦੇ ਯਾਰ ਕਿੱਡੀ ਗੱਲ ਆ ਇੱਕ ਮਿੰਟ ਰੋਕੀ ਤੈਨੂੰ ਹੋਰ ਦਿਖਾਉਣੇ ਇੱਕ ਚੀਜ਼ ਆ ਜਾ ਸਭ ਤੋਂ ਪਹਿਲੀ ਫੋਟੋ ਖੇਤਾਂ ਵਾਲੇ ਦੀ ਜਦੋਂ ਖੇਤਾਂ ਵਾਲਾ ਕਬੂਤਰ ਘਰੇ ਲਿਆਂਦਾ ਸੀਗਾ ਇੱਕ ਮਿੰਟ ਜਗਦੀਪ ਨੇ ਇੱਕ ਖੜ ਰੱਖੀ ਹੈ ਖੇਤਾਂ ਵਾਲੇ ਦੇ ਨਾਲ ਜਿਹੜੀ ਕਬੂਤਰੀ ਲੱਗੀ ਸੀ ਉਹ ਦੇਖੋ ਜਿਹੜੀ ਫੋਟੋ ਦਿਖਾਈ ਤੁਹਾਨੂੰ ਮੈਂ ਖੱਟੀਆਂ ਅੱਖਾਂ ਦੀ ਉਹੀ ਚੀਜ਼ ਹੈ ਨਾ ਮੇਰੇ ਹੱਥ 'ਚ ਖੇਤਾਂ ਵਾਲਾ ਹੈ ਯਾਰ ਸਾਈਜ਼ ਵੇਖ ਕਬੂਤਰ ਦਾ ਇਰਦਮ ਨਹੀਂ ਸੱਚੀ ਹੋਏ ਦੇਖੀ ਸਾਈਜ਼ ਬਹੁਤ ਜ਼ਿਆਦਾ ਬੜਾ ਜ਼ਿਆਦਾ ਵੱਡਾ ਸੀ ਇੱਕ ਮਿੰਟ 2019 'ਚ ਘਰੇ ਲਿਆਂਦਾ ਸੀ ਬਈ ਇਹ ਨਹੀਂ 2020 'ਚ ਘਰੇ ਲਿਆਂਦਾ ਸੀ ਕਬੂਤਰ 2020 'ਚ ਘਰੇ ਲਿਆਂਦਾ ਸੀ ਇੰਨਾ ਕੁ ਤਾਂ ਐਸਟੀਮੇਟ ਸੀ ਜਗਦੀਪ ਆ ਮੈਂ ਆ ਯਾਰ ਕਬੂਤਰ ਆਪਣੇ ਠੀਕ ਹੈ ਜੀ ਓਕੇ ਆ ਇਸ ਤੋਂ ਬਾਅਦ ਹੁਣ ਲਾਸਟ 'ਤੇ ਜਿੰਨੀਆਂ ਵੀਡੀਓ ਅਤੇ ਫੋਟੋਆਂ ਸਾਰੀਆਂ ਇਸ ਤੋਂ ਬਾਅਦ ਐਂਡ 'ਤੇ ਚੱਲਣਗੀਆਂ ਜਿੰਨੀਆਂ ਤੁਹਾਨੂੰ ਵਿਖਾਵਾਂਗਾ ਉਹ ਸਾਰੀਆਂ ਫੋਟੋਆਂ ਐਂਡ 'ਤੇ ਲਾਵਾਂਗੇ ਸੀ ਵੀਡੀਓ 'ਚ ਅਤੇ ਇਹ ਸਾਡਾ ਸੀਗਾ ਜੀ ਇੰਟਰਵਿਊ ਟਾਈਪ ਵੀਡੀਓ ਠੀਕ ਹੈ ਵੀ ਚਲੋ ਕਹਿ ਦਿਓ ਭਾਵੇਂ ਪੋਡਕਾਸਟ ਕੀਤਾ ਜਾਂ ਕੁਛ ਵੀ ਕੀਤਾ ਅਤੇ ਜੇ ਇਹ ਵਧੀਆ ਲੱਗੀ ਵੀਡੀਓ ਬਈ ਹੈ ਨਾ ਵੀ ਗੱਪ ਜਾਂ ਵੱਜਦਾ ਨਹੀਂ ਸਾਡੇ ਤੋਂ ਜਿਹੜੀ ਗੱਲ ਹੁੰਦੀ ਤਾਂ ਸੱਚ ਦੱਸਣਾ ਹੁੰਦਾ ਭਰਾਓ ਹੈ ਨਾ ਵੀਡੀਓ ਵਧੀਆ ਲੱਗੀ ਦੱਸ ਦਿਓ ਇੱਕ ਆਪਾਂ ਸਪੈਸ਼ਲ ਆਪਣੇ 'ਤੇ ਵੀਡੀਓ ਪਾ ਦਿਆਂਗੇ ਵੀ ਕਿੱਥੋਂ ਸ਼ੁਰੂਆਤ ਕੀਤੀ ਕਿਵੇਂ ਕੀਤੀ ਚਲੋ ਵੱਡੇ ਕਬੂਤਰਾਂ ਦੀ ਵੀਡੀਓ ਪਾਉਣੀ ਹੈ ਜਿਹੜੀ ਉਹ ਤਾਂ ਪਾਵਾਂਗੇ ਇੱਕ ਸ਼ਾਖੇ 'ਤੇ ਪਾਵਾਂਗੇ ਫੂੰਜੇ ਵਾਲੇ 'ਤੇ ਪਾਵਾਂਗੇ ਟੂਸਿਆਂ ਵਾਲੇ 'ਤੇ ਪਾਵਾਂਗੇ ਅਤੇ ਹੋਰ ਵੀ ਕਰਾਂਗੇ ਅਤੇ ਬਾਕੀ ਓਕੇ ਆ ਬਸ ਕਰ ਦਿੰਦੇ ਐਂਡਿੰਗ ਮੈਂ ਕਹਿੰਦਾ ਬਹੁਤ ਚਿਰ ਹੋ ਗਿਆ ਬੈਠੇ ਐਂਡਿੰਗ ਆਭਾਰ ਰੱਖਿਆ ਆਪਣੇ ਰਾਹ ਬੈਠੇ ਹੈ ਜਾਨਵਰ ਓਕੇ ਆ ਰਿਪੋਰਟਾਂ ਠੀਕ ਹੈ ਜੀ ਅਤੇ ਬਾਬਾ ਚੜ੍ਹਦੀ ਕਲਾ 'ਚ ਰੱਖੇ ਸਾਰੇ ਕਬੂਤਰ ਵਾਈ ਵੀਰਾਂ ਨੂੰ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੇਰੇ ਵੀਰੋ ਅਤੇ ਸੱਚ ਮੈਨੂੰ ਐਂ ਲੱਗਾ ਵੀ ਇੱਕ ਚੀਜ਼ ਰਹਿ ਗਈ ਹੁੰਦੀ ਹੈ ਇਹ ਵੀਡੀਓ 'ਚ ਵੀ ਖੇਤਾਂ ਵਾਲੇ ਕਬੂਤਰ ਦੇ ਵੱਡੇ ਦੇ ਦੋ ਪੱਠੇ ਆਪਣੇ ਕੋਲ ਜਮ੍ਹਾਂ ਸਿੱਧੇ ਸਾਵੇਂ ਉਹਦੇ ਦੋ ਪੱਠੇ ਹੈ ਦੋਵੇਂ ਅੱਡੋ ਅੱਡ ਕਬੂਤਰੀਆਂ ਨਾਲ ਹੈ ਅਤੇ ਉਹ ਦੋਵੇਂ ਇਸ ਟਾਈਮ ਆਪਣੇ ਕੋਲ ਹੈਗੇ ਹੈ ਓਨਲੀ ਦੋ ਪੱਠੇ ਉਹਦੇ ਮਤਲਬ ਕਬੂਤਰਾ ਵੱਡੇ ਚੱਲ ਆਪਾਂ ਤਾਂ ਪੱਠੇ ਹੀ ਆਖਾਂਗੇ ਉਹ ਵੀ ਦੋਵੇਂ ਅੱਡੋ ਅੱਡ ਕਬੂਤਰੀਆਂ ਨਾਲ ਆ ਉਹਦੇ ਸਾਵੇਂ ਉਹਦੇ ਬਸ ਹੋਰ ਕੁਛ ਨਹੀਂ ਦੋ ਪੱਠੇ ਆ ਅਤੇ ਗਾਹਾਂ ਉਹਨਾਂ ਦੇ ਪੱਠਿਆਂ ਦੇ ਪੱਠੇ ਹੋਣਗੇ ਆਪਣੇ ਕੋਲ ਕੋਈ ਤਿੰਨ ਚਾਰ ਕੁ ਬਸ ਉਹ ਦਿਖਾ ਦਿਆਂਗੇ ਤੁਹਾਨੂੰ ਤੂੰ ਬਾਅਦ ਵਾਲੀ ਵੀਡੀਓ 'ਚ ਹਾਂਜੀ ਬਈ ਇੱਕ ਗੱਲ ਹੋਰ ਹੈਗੀ ਸੀ ਇੰਟਰਵਿਊ ਦੇ ਵਿੱਚੋਂ ਠੀਕ ਹੈ ਦਵਣੀ ਨੇ ਵਾਕਈ ਮੈਨੂੰ ਸਹੀ ਗੱਲ ਆਖੀ ਸੀ ਕਹਿੰਦਾ ਪਹਿਲਾਂ ਸਕ੍ਰਿਪਟ ਲਿਖ ਲਾ ਕੁਐਸਚਨ ਸਾਰੇ ਜਾਂ ਆਨਸਰ ਵੀ ਕਿਹੜੇ ਕਿਹੜੇ ਕਰਨੇ ਹੈ ਨਾ ਮੈਂ ਕਿਹਾ ਵੀ ਉਹ ਕੰਮ ਨਹੀਂ ਹੁੰਦਾ ਆਪਾਂ ਤਾਂ ਸਿੱਧਾ ਦੂਜੇ ਹੀ ਚੱਲਾਂਗੇ ਮੂੰਹ ਜਵਾਨੀ ਅਤੇ ਆਹ ਕਾਰਨਾਂ ਕਰਕੇ ਉਹਦਾ ਨਾਂ ਖੇਤਾਂ ਵਾਲਾ ਰੱਖਿਆ ਸੀਗਾ ਆਪਾਂ ਹੋਰ ਕੋਈ ਵੀ ਐਂ ਵੀ ਖੇਤਾਂ ਖੂਤਾਂ ਵਾਲਾ ਵੀ ਤੁਸੀਂ ਆਹ ਕੀ ਖੇਤਾਂ ਵਾਲਾ ਵੀ ਆਹ ਕਾਰਨ ਸੀ ਉਹਦਾ ਨਾਂ ਸੀ ਖੇਤਾਂ ਵਾਲਾ ਰੱਖਿਆ ਵੀ ਖੇਤਾਂ 'ਚ ਰਹਿੰਦਾ ਸੀਗਾ ਕਬੂਤਰ ਉਹ ਹੁਣ ਅਸੀਂ ਤਾਂ ਖੇਤਾਂ ਵਾਲਾ ਹੀ ਕਹਿਣ ਲੱਗ ਗਏ ਵੀ ਇਹ ਖੇਤਾਂ ਵਾਲਾ ਕਬੂਤਰ ਹੈ ਠੀਕ ਹੈ ਆਹ ਕਾਰਨ ਹੈ ਤਾਂ ਲਓ ਜੀ ਸਾਰੀਆਂ ਗੱਲਾਂ ਕਲੀਅਰ ਹੈ ਇੱਕ ਇੱਕ ਚੀਜ਼ ਜੇ ਕੁਛ ਰਹਿ ਗਿਆ ਹੋਇਆ ਤਾਂ ਪੁੱਛ ਲਿਓ ਕਮੈਂਟਾਂ 'ਚ ਇਦੋਂ ਅਗਲੀ ਇੰਟਰਵਿਊ 'ਚ ਐਡ ਕਰ ਦਿਆਂਗੇ ਹੁਣ ਇੱਕ ਰਾਂ ਪਤੌੜੇ ਪਤੂੜੇ ਖਾਈਏ ਅਤੇ ਪੀਏ ਚਾਹ